ਬਾਬਾ ਜੀ ਜਿੱਥੇ ਪੜ੍ਹੇ ਉੱਥੇ ਆ ਗਏ ਹੈ। ਹਾਂ ਉੱਥੇ ਆ ਗਏ। ਬਾਬਾ ਆ ਗਿਆ। ਤੁਹਾਡਾ ਘਰ ਆ ਪਾਸੇ ਨਹੀਂ ਸੀ? ਹਾਂ ਇੱਥੇ ਬੁੜੇ ਡੇ ਨਾਨਕੇ ਸੀ ਉਹਨਾਂ ਦੇ। ਹਾਂ ਬੁੜੇ ਡੇ ਲੈ ਤੇ ਅਸੀਂ ਉਹਨੂੰ ਮਾਸੀ ਜਾਂਦੇ ਹੁੰਦੇ ਹਾਂ। ਹਾਂਜੀ ਨਿੱਕੋ 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 ਹਾਂ ਯਾਦ ਆਇਆ। ਆਪਣੇ ਘਰ ਤੋਂ ਸਾਂ ਜਾਣਾ ਆਪਣੇ ਤੇ ਇੱਥੋਂ ਗਲੀ ਜਿਹੜੀ ਜਾਂਦੀ ਆਹ ਗਲੀ ਆ। ਹਾਂ ਇਹ ਗਲੀ ਪੈਂਦੇ ਹਾਂ ਆਪਾਂ। ਤਾਰਾ ਸਿੰਘ ਦਾ ਘਰ ਆ। ਹਾਂ ਸਿੰਘ ਜੀ ਆ ਜਿੱਥੇ ਬੱਚਾ ਚੱਲ ਰਿਹਾ ਸਾਡਾ ਘਰ ਆ ਗਿਆ ਤੇ ਆਹ ਸ਼ਹੀਦਾਂ ਦਾ ਘਰ ਆ। ਦੇਖੋ ਹੁਣ ਸਾਰੇ ਘਰ ਦੱਸ ਦਿੰਦੇ ਹਾਂ। ਮੱਗਰ ਸਿੰਘ ਦਾ ਘਰ ਇਹ ਆ। ਇਹ ਮੱਗਰ ਸਿੰਘ ਦੇ ਮੁੰਡਿਆਂ ਦੇ ਘਰ ਆ ਜਾ। ਸੂਰਤ ਸਿੰਘ ਆ ਘਰ ਸਾਡੇ। ਇੱਥੇ ਖਰਾ ਸੀ ਆਹ ਘਰ ਸਾਡਾ ਸੀ। ਆਹ ਚੌਂਕ ਸੀ ਇੱਥੇ ਘਰ ਰਸਾਲਦਾਰ ਦਾ ਸੀ ਸੂਬੇਦਾਰ ਦਾ। ਤੇ ਮੇਰੇ ਵਾਸਤੇ ਅੱਜ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੇਰੇ ਨਾਲ ਜੋ ਪਰਿਵਾਰ ਬੈਠਾ ਹੋਇਆ ਭਾਈ ਸਾਹਿਬ ਭਾਈ ਲਛਮਣ ਸਿੰਘ ਦਾ ਪਰਿਵਾਰ ਹੈ। ਭਾਈ ਲਛਮਣ ਸਿੰਘ ਦਾ ਜਨਮ ਸਥਾਨ ਵੀ ਇੱਥੇ ਸੀ। ਇੱਕ ਵਿਰਾਸਤ ਛੱਡਣੀ ਕਿ ਭਾਈ ਲਛਮਣ ਸਿੰਘ ਦੀ ਸ਼ਹਾਦਤ ਇੱਥੇ ਹੋਈ ਜਿਸ ਗੁਰਦੁਆਰੇ ਵਾਸਤੇ ਹੋਈ ਉਹ ਵੀ ਛੱਡ ਕੇ ਜਾ ਰਹੇ। ਮੈਂ ਤੁਹਾਡੀ ਸਮਝ ਸਕਦਾ ਫੀਲਿੰਗ। ਜੇ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਤੇ ਉਹਦੇ ਰਾਜ ਅਲੱਗ ਅਲੱਗ ਹੋ ਗਏ ਕੋਈ ਗੱਲ ਨਹੀਂ। ਜਨਤਾ ਤੇ ਇੱਦਾਂ ਹੀ ਰਹਿਣੀ ਜਿੱਥੇ ਆ ਉੱਥੇ ਹੀ ਰਹਿਣੀ। ਰਾਜ ਹੀ ਬਦਲੀ ਹੋਇਆ। ਸਾਡਾ ਪਿੰਡ ਉੱਠਣ ਵਾਸਤੇ ਤਿਆਰ ਨਹੀਂ ਸੀ ਡਟੇ ਰਹੇ ਸੀ ਉੱਥੇ। ਜਦੋਂ ਪਿੰਡ ਬਾਹਰ ਨਿਕਲੇ ਨੇ ਸਾਰੇ ਆਪਣੇ ਘਰਾਂ ਨੂੰ ਅੱਗ ਲਾ ਦਿੱਤੀ। ਇੱਥੋਂ ਤੱਕ ਸਾਡੇ ਮਰਬੇ ਦੇ ਵਿੱਚ ਇੱਕ ਕਿਲੇ ਦੇ ਵਿੱਚ ਚਾਰ ਛੇ ਸਾਡੇ ਮਕਾਨ ਸੀ ਉਹਨੂੰ ਅੱਗ ਲਾ ਆਏ ਸੀ। ਸ਼ਹੀਦ ਭਾਈ ਲਛਮਣ ਸਿੰਘ ਜਿਹੜੇ ਨੇ ਉਹ ਮਹਾਨ ਸ਼ਹੀਦ ਨੇ। ਜਦੋਂ ਨਨਕਾਣਾ ਸਾਹਿਬ ਉੱਪਰ ਮਹੰਤਾਂ ਦਾ ਕਬਜ਼ਾ ਸੀ ਤਾਂ ਉਹਨਾਂ ਨੇ ਸਾਡੇ ਗੁਰੂ ਘਰ ਨੂੰ ਆਜ਼ਾਦ ਕਰਵਾਇਆ। ਬੜੀ ਸੋਹਣੀ ਗੱਲ ਹੈ ਜੀ। ਇਹਨਾਂ ਕੋਲ ਸਾਰਾ ਡਾਟਾ ਤੱਕ ਮੌਜੂਦ ਹੈ ਉਰਦੂ ਜ਼ਬਾਨ ਦੇ ਵਿੱਚ ਪੂਰਾ ਉਹਨਾਂ ਦਾ ਜਿਹੜਾ ਹੈ ਪਿਛੋਕੜ ਫੈਮਿਲੀ ਟ੍ਰੀ ਜਿਹਨੂੰ ਕਿਹਾ ਜਾਂਦਾ ਹੈ। ਜਿਹੜੇ ਜਥਾ ਆਇਆ ਸੀ ਉਹ ਇਸ ਪੁੱਲ 'ਤੇ ਉਹਨਾਂ ਨੇ ਇਕੱਠੇ ਹੋਣਾ ਸੀ। ਆਪਣੇ ਸ਼ਹੀਦ ਭਾਈ ਲਛਮਣ ਸਿੰਘ ਨੇ ਖੁੰਡਾ ਉਹਨਾਂ ਦਾ ਕੋਲ ਹੁੰਦਾ ਸੀ ਖੁੰਡੇ ਦੀ ਲਕੀਰ ਕੱਢੀ ਆ ਭਾਈ ਜਿਹਨੇ ਸ਼ਹੀਦੀ ਪਾਉਣੀ ਸਾਡੇ ਮਗਰ ਆ ਜਾਓ ਜਿਹਨੇ ਨਹੀਂ ਪਾਉਣੀ ਵਾਪਸ ਚਲੇ ਜਾਓ। ਉਹ ਅੱਗੇ ਰੱਖ ਕੇ ਤੁਰ ਪਏ ਮਗਰ ਸਾਰੇ ਫਿਰ ਸਾਰਾ ਜਗ੍ਹਾ ਚੱਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰ ਦੇ ਨਾਲ ਅਤੇ ਮੈਂ ਹਾਂ ਤੁਹਾਡਾ ਵੀਰ ਪੁਪਿੰਦਰ ਸਿੰਘ ਲਵਲੀ ਔਰ ਅਸੀਂ ਤੁਹਾਨੂੰ ਪੰਜਾਬ ਦਾ ਜਿਹੜਾ ਸਾਡਾ ਪਿਛੋਕੜ ਹੈ ਸੱਭਿਆਚਾਰ ਹੈ ਸਾਂਝ ਹੈ ਸਾਡੀ ਜਿਹੜੀ ਪੁਰਾਣੀ ਰਹਿਤਲ ਹੈ ਉਹਦੇ ਨਾਲ ਅਸੀਂ ਤੁਹਾਨੂੰ ਜੋੜਦੇ ਰਹਿੰਦੇ ਹਾਂ। ਨਾਲ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੰਜਾਬ ਦਾ ਇਤਿਹਾਸ ਹੈ ਉਹਦੇ ਨਾਲ ਵੀ ਪੰਜਾਬੀਆਂ ਨੂੰ ਜਿਹੜਾ ਹੈ ਉਹ ਜੋੜਿਆ ਜਾਵੇ। ਔਰ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਚੱਲ ਕੇ ਆਉਂਦੇ ਨੇ ਔਰ ਉਹਦਾ ਮਕਸਦ ਸਿਰਫ ਇਹੀ ਹੁੰਦਾ ਕਿ ਉਹ ਲੋਕ ਆਪਣੇ ਜਿਹੜੀਆਂ ਜੜ੍ਹਾਂ ਦੇ ਨਾਲ ਦੇ ਉਹ ਲੋਕ ਜੁੜੇ ਹੁੰਦੇ ਨੇ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪਰਿਵਾਰ ਹੈ ਪੰਜਾਬੀ ਲਹਿਰ ਦਾ ਉਹ ਵੀ ਇਸ ਚੀਜ਼ ਦੇ ਨਾਲ ਜੁੜ ਸਕੇ। ਅਤੇ ਮੇਰੇ ਵਾਸਤੇ ਅੱਜ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੇਰੇ ਨਾਲ ਜੋ ਪਰਿਵਾਰ ਬੈਠਾ ਹੋਇਆ ਭਾਈ ਸਾਹਿਬ ਭਾਈ ਲਛਮਣ ਸਿੰਘ ਦਾ ਪਰਿਵਾਰ ਹੈ ਔਰ ਭਾਈ ਸਾਹਿਬ ਭਾਈ ਲਛਮਣ ਸਿੰਘ ਸ਼ਹੀਦ ਭਾਈ ਲਛਮਣ ਸਿੰਘ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਉਸ ਵੇਲੇ ਸ਼ਹੀਦ ਹੋਏ ਸਨ ਉਹਨਾਂ ਦਾ ਇਹ ਪਰਿਵਾਰ ਹੈ। ਭਾਈ ਲਛਮਣ ਸਿੰਘ ਜੀ ਬਾਰਿਸ਼ ਦਾ ਉਹ ਪਹਿਲਾ ਕਤਰਾ ਸਨ ਜਿਨ੍ਹਾਂ ਨੇ ਉਸ ਵੇਲੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਸ਼ਹਾਦਤ ਦਿੱਤੀ ਔਰ ਉਸ ਸ਼ਹਾਦਤ ਤੋਂ ਬਾਅਦ ਹੀ ਜਿਹੜਾ ਹੈ ਉਹ ਬਹੁਤ ਸਾਰੇ ਗੁਰੂ ਘਰ ਜਿਹੜੇ ਨੇ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਹੋਏ। ਸੋ ਸਾਡੇ ਨਾਲ ਇਸ ਵੇਲੇ ਬਜ਼ੁਰਗ ਬੈਠੇ ਨੇ ਭਾਈ ਸਾਹਿਬ ਭਾਈ ਲਛਮਣ ਸਿੰਘ ਦੇ ਪੋਤਰੇ ਨੇ ਔਰ ਅੱਗੇ ਉਹਨਾਂ ਦੀ ਵੀ ਫੈਮਿਲੀ ਜਿਹੜੀ ਹੈ ਉਹ ਬੈਠੀ ਹੋਈ ਹੈ। ਅਸੀਂ ਇਹਨਾਂ ਨੂੰ ਇਹਨਾਂ ਦੇ ਪਿੰਡ ਵੀ ਲੈ ਕੇ ਜਾਵਾਂਗੇ ਲੇਕਿਨ ਪਹਿਲੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਬਹੁਤ ਸਾਰੀਆਂ ਸਾਂਝਾਂ ਵਧਾਉਣੀਆਂ ਨੇ ਇਹਨਾਂ ਕੋਲ ਬਹੁਤ ਸਾਰਾ ਪੁੱਛਣਾ ਹੈ ਕਿ ਕਿਹੜੇ ਪਿੰਡ ਤੋਂ ਸਨ 1947 ਦੇ ਵੇਲੇ ਕਿਉਂਕਿ ਇਹਨਾਂ ਦਾ ਜਨਮ ਵੀ ਪਾਕਿਸਤਾਨ ਦਾ ਹੈ।
ਸੋ ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ। ਬਜ਼ੁਰਗੋ ਤੁਹਾਡਾ ਕੀ ਹਾਲ ਚਾਲ ਹੈ? ਠੀਕ ਹੈ ਬਿਲਕੁਲ। ਤਬੀਅਤ ਸੇ ਠੀਕ ਜੀ ਤੁਹਾਡੀ? ਅੱਛਾ ਬਜ਼ੁਰਗੋ, ਨਾਂ ਕੀ ਤੁਹਾਡਾ? ਦੁਰਲਭ ਸਿੰਘ। ਦੁਰਲਭ ਸਿੰਘ, ਤੇ ਤੁਹਾਡੇ ਪਿਤਾ ਜੀ ਦਾ? ਖਜਾਨ ਸਿੰਘ। ਖਜਾਨ ਸਿੰਘ ਜੀ, ਦਾਦਾ ਜੀ ਦਾ ਨਾਮ ਚੇਤੇ? ਕੀ ਨਾਂ ਸੀ? ਹਾਕਮ ਸਿੰਘ। ਹਾਕਮ ਸਿੰਘ। ਅੱਛਾ ਬਜ਼ੁਰਗੋ, ਤੁਹਾਡਾ ਜਨਮ ਕਿੱਥੋਂ ਦਾ ਹੈ ਜੀ? ਮੇਰਾ ਧਾਰੋ ਵਾਲੀ ਚੱਕ ਨੰਬਰ 33, ਜ਼ਿਲ੍ਹਾ ਸ਼ੇਖੂਪੁਰਾ। ਸਹੀ, ਹੁਣ ਨਨਕਾਣਾ ਸਾਹਿਬ। ਹਾਂਜੀ ਹਾਂਜੀ, ਧਾਰੋ ਵਾਲੀ ਜੋ ਭਾਈ ਲਛਮਣ ਸਿੰਘ ਦਾ ਪਿੰਡ ਸੀ, ਉਹੀ ਤੁਹਾਡਾ ਪਿੰਡ? ਉਹੀ ਪਿੰਡ ਸਾਡਾ। ਤੇ ਤੁਸੀਂ ਉਹਨਾਂ ਦੇ ਰਿਸ਼ਤੇ 'ਚ ਕੀ ਲੱਗਦੇ ਹੋ? ਅਸੀਂ ਪੋਤਰੇ ਹਾਂ ਉਹਨਾਂ ਦੇ। ਤੇ ਭਾਈ ਲਛਮਣ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਚੇਤੇ? ਮੇਹਰ ਸਿੰਘ। ਮੇਹਰ ਸਿੰਘ ਜੀ, ਅੱਛਾ। ਤੇ ਭਾਈ ਲਛਮਣ ਸਿੰਘ ਕਿੰਨੇ ਭੈਣ ਭਰਾ ਸੀਗੇ? ਇਹ ਪੰਜ ਭੈਣ ਭਰਾ ਸੀ। ਪੰਜ ਭੈਣ ਭਰਾ? ਚਾਰ, ਚਾਰ ਭਰਾ ਸੀ। ਅੱਛਾ, ਇੱਕ ਭੈਣ ਸੀ। ਇੱਕ ਭੈਣ ਸੀਗੇ, ਠੀਕ ਠੀਕ ਠੀਕ। ਅੱਛਾ, ਭਾਈ ਲਛਮਣ ਸਿੰਘ ਦੇ ਪਰਿਵਾਰ ਬਾਰੇ ਤੁਸੀਂ ਹੋਰ ਦੱਸ ਸਕਦੇ ਹੋ ਕਿ ਭਾਈ ਲਛਮਣ ਸਿੰਘ ਦੇ ਆਪਣੀ ਜਿੱਦਾਂ ਉਹਨਾਂ ਦੇ ਬੇਟੇ ਅਤੇ ਜਾਂ ਕਿ ਉਹਨਾਂ ਦੀ ਔਲਾਦ ਨਹੀਂ ਸੀਗੀ? ਇੱਦਾਂ ਹੀ ਆ। ਅੱਛਾ, ਉਹਨਾਂ ਦਾ ਵਿਆਹ ਤਾਂ ਵੈਸੇ ਹੋਇਆ ਸੀਗਾ, ਬੱਚਾ ਹੋਇਆ ਸੀ। ਅੱਛਾ, ਉਹ ਤਕਰੀਬਨ 5 ਸਾਲ ਦਾ ਹੋ ਕੇ ਗੁਜ਼ਰ ਗਿਆ ਸੀ। ਅੱਛਾ, ਉਸ ਤੋਂ ਬਾਅਦ ਔਲਾਦ ਨਹੀਂ ਹੋਈ। ਔਲਾਦ ਨਹੀਂ ਹੋਈ ਉਹਨਾਂ? ਫਿਰ ਇੱਕ ਉਹ ਪ੍ਰਚਾਰ ਕਰਨ ਵਾਸਤੇ ਜਾਂਦੇ ਹੁੰਦੇ ਸੀ, ਅਤੇ ਜਦੋਂ ਇੱਕ ਪਿੰਡ ਗਏ ਅਤੇ ਉੱਥੇ ਪ੍ਰਚਾਰ ਕਰਨ ਵਾਸਤੇ ਗਏ ਅਤੇ ਉੱਥੇ ਕੀਰਤਨ ਹੁੰਦਾ ਸੀ, ਛੋਟਾ ਬੱਚਾ ਸੀ ਜਿਹੜਾ ਕੀਰਤਨ ਕਰ ਰਿਹਾ ਸੀ, ਅਤੇ ਉਹਦੇ ਕੀਰਤਨ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਏ। ਕੀਰਤਨ ਬਾਅਦ ਉਹਨੇ ਪੁੱਛਿਆ ਉਸ ਬੱਚੇ ਨੂੰ, ਤੇਰਾ ਨਾਂ ਕੀ ਆ? ਉਹਨੇ ਆਪਣਾ ਨਾਂ ਦੱਸਿਆ, ਮੰਗਲ ਸਿੰਘ। ਮਾਂ ਪਿਓ ਦਾ ਨਾਂ ਪੁੱਛਿਆ, ਤਾਂ ਮੈਂ ਨਹੀਂ ਜਾਣਦਾ ਮੇਰੇ ਮਾਂ ਪਿਓ। ਅੱਛਾ, ਅਤੇ ਮੈਂ ਇੱਦਾਂ ਹੀ ਰੋਂਦਾ ਖੇਡਦਾ, ਨਾ ਮੈਨੂੰ ਪਿੰਡ ਦਾ ਪਤਾ ਕਿਹੜਾ ਪਿੰਡ ਆ ਮੇਰਾ, ਅਤੇ ਮੈਂ ਇੱਦਾਂ ਹੀ ਰੋਂਦਾ ਖੁੱਲਦਾ, ਇੱਧਰ ਆ ਗਿਆ ਇੱਥੇ, ਅਤੇ ਮੈਂ ਸ਼ੌਕ ਸੀ, ਮੈਂ ਕੀਰਤਨ ਸਿੱਖਿਆ, ਅਤੇ ਮੈਂ ਇਸ ਤਰ੍ਹਾਂ ਹੀ ਕੀਰਤਨ ਕਰਕੇ ਜਿਹੜੇ ਪੈਸੇ ਮਿਲਦੇ ਮੈਂ ਆਪਣਾ ਗੁਜ਼ਾਰਾ ਉਹਦੇ ਨਾਲ ਰੋਟੀ ਪਾਣੀ ਦਾ ਕਰੀ। ਅੱਛਾ, ਅਤੇ ਉਸ ਤੋਂ ਬਾਅਦ ਉਹਨੇ ਪੁੱਛਿਆ ਵੀ ਜੇ ਤੈਨੂੰ, ਬਾਬਾ ਜੀ ਨੇ ਪੁੱਛਿਆ ਵੀ ਜੇ ਤੈਨੂੰ ਕੋਈ ਨਾਲ ਲੈ ਜੇ ਤਾਂ ਜਾਏਗਾ? ਉਹ ਕਹਿਣ ਲੱਗਾ ਵੀ ਮੈਂ ਜਾਵਾਂਗਾ ਨਹੀਂ, ਪਰ ਤੁਸੀਂ ਮੈਨੂੰ ਨਾਲ ਨਹੀਂ ਖੜਨਾ। ਅੱਛਾ, ਆਉਂਦੇ ਕਿਉਂ? ਆਉਂਦਾ ਮੈਂ ਮਜ਼ਬੀ ਸਿੰਘ ਹਾਂ। ਅੱਛਾ, ਅਤੇ ਆਖਦੇ ਕੋਈ ਗੱਲ ਨਹੀਂ, ਤੂੰ ਮਜ਼ਬੀ ਸਿੰਘ ਫਿਰ ਕੀ ਹੋ, ਸਿੱਖ ਨਹੀਂ, ਤੂੰ ਸਾਡੇ ਨਾਲ ਚੱਲ। ਆਉਂਦਾ ਜੀ ਠੀਕ ਹੈ, ਉਹ ਫਿਰ ਨਾਲ ਲੈ ਆਉਂਦੇ ਨੇ, ਲਿਆ ਕੇ ਫਿਰ ਉਹਨੂੰ ਪੜ੍ਹਾਇਆ, ਪੜ੍ਹਿਆ ਉਹ। ਉਸ ਤੋਂ ਬਾਅਦ ਜਦੋਂ ਜਵਾਨ ਹੋਇਆ ਅਤੇ ਉਹਨੂੰ ਇੱਛਾ ਹੋਈ ਅਤੇ ਮੈਂ ਫੌਜ ਭਰਤੀ ਹੋਣਾ। ਅੱਛਾ, ਅਤੇ ਬਾਅਦ ਦੇ ਵਿੱਚ ਉਹਦਾ ਵਿਆਹ ਕੀਤਾ। ਵਿਆਹ ਕਰਨ ਤੋਂ ਬਾਅਦ ਅਜੇ ਬਕਲਾਵਾ ਆਇਆ ਹੀ ਸੀ ਜਦੋਂ ਜਥਾ ਉੱਥੋਂ ਪਿੰਡੋਂ ਤੁਰਨ ਲੱਗਾ। ਸਹੀ, ਇੱਕ ਦੋ ਦਿਨ ਪਹਿਲਾਂ ਹੀ ਉਹ ਬਕਲਾਵਾ ਲੈ ਕੇ ਆਇਆ ਸੀ। ਅੱਛਾ, ਅਤੇ ਬਾਬੇ ਹੁਣਾਂ ਨੂੰ ਕਿਹਾ ਵੀ ਅਸੀਂ ਚੱਲੇ ਹਾਂ ਨਨਕਾਣਾ ਸਾਹਿਬ, ਅਤੇ ਅਸੀਂ ਉੱਥੇ ਸ਼ਹੀਦ ਹੋ ਜਾਣਾ, ਪਤਾ ਨਹੀਂ ਵਾਸ ਪਾਉਂਦੀ ਕਿ ਨਹੀਂ। ਉਹ ਆਉਂਦਾ ਵੀ ਮੈਂ ਨਹੀਂ ਰਹਿਣਾ ਤੁਹਾਡੇ ਬੈਠ। ਅੱਛਾ, ਮੈਂ ਨਾਲ ਜਾਣਾ। ਸਹੀ, ਨਾਲ ਜਾਣਾ, ਅਤੇ ਉਹ ਫਿਰ ਆਖਣ ਲੱਗੇ ਚਲੋ ਠੀਕ ਹੈ। ਉਹ ਫਿਰ ਨਾਲ ਆਏ ਨੇ, ਨਾਲ ਉਹ ਸ਼ਹੀਦ ਹੋਇਆ। ਅੱਛਾ, ਨਾਲ ਉਹ ਵੀ ਸ਼ਹੀਦ ਹੋਏ? ਉਹ ਸ਼ਹੀਦ ਹੋਏ। ਉਹਦਾ ਨਾਂ ਕੀ ਸੀ? ਮੰਗਲ ਸਿੰਘ। ਮੰਗਲ ਸਿੰਘ, ਕਿਰਪਾਨ ਬਹਾਦਰ। ਕਿਰਪਾਨ ਬਹਾਦਰ, ਕਿਰਪਾਨ ਬਹਾਦਰ ਉਹਦਾ ਨਾਂ ਇਸ ਤਰ੍ਹਾਂ ਮਸ਼ਹੂਰ ਹੋਇਆ ਸੀ, ਜਦੋਂ ਉਹਨਾਂ ਸ੍ਰੀ ਸਾਹਿਬ ਨੇ ਸੀ ਨਾ ਲਾਈ, ਤਾਂ ਅੰਗਰੇਜ਼ਾਂ ਨੇ ਹੀ ਉਹ ਨਾਂ ਲਾਇਆ ਵੀ ਇਹ ਕਿਰਪਾਨ ਬਹਾਦਰ ਆ, ਅਤੇ ਉਸ ਤੋਂ ਫਿਰ ਉਹਦਾ ਨਾਂ ਕਿਰਪਾਨ ਬਹਾਦਰ, ਮੰਗਲ ਸਿੰਘ ਕਿਰਪਾਨ ਬਹਾਦਰ। ਸਹੀ, ਆਪਣੇ ਕਿਤਾਬਾਂ ਵਿੱਚ ਹੀ ਉਹ ਨਾਂ ਲਿਖਿਆ। ਅੱਛਾ, ਤੁਹਾਡੀ ਉਮਰ ਕਿੰਨੀ ਆ ਇਸ ਵੇਲੇ? ਮੇਰੀ 90 ਸਾਲ ਸੀ। ਮਤਲਬ ਜਦੋਂ ਵੰਡ ਹੋਈ ਆ 15-16 ਸਾਲ ਦੇ? ਜਵਾਨ ਸੀ, ਮੈਨੂੰ ਸਾਰਾ ਪਤਾ। 47 ਤੋਂ ਪਹਿਲੇ ਤੁਹਾਡੇ ਪਿੰਡ ਦਾ ਵਸੇਬ, ਧਾਰੋਵਾਲ ਦਾ ਵਸੇਬ ਕਿੱਦਾਂ ਦਾ ਸੀਗਾ, ਕਿੱਦਾਂ ਦੀ ਰਹਿਤ ਸੀ, ਕਿਹੜੇ ਕਿਹੜੇ ਮੁਸਲਮਾਨ ਵੀਰ ਉੱਥੇ ਰਹਿੰਦੇ ਸੀਗੇ? ਸਾਡੇ ਪਿੰਡ ਦੇ ਵਿੱਚ ਥੋੜ੍ਹੇ ਘਰ ਸੀ ਮੁਸਲਮਾਨਾਂ ਦੇ, ਜਿਨ੍ਹਾਂ ਦੇ ਵਿੱਚ ਕੁਛ ਮੋਚੀ ਸੀ, ਤੇਲੀਆਂ ਦੇ ਘਰ ਸੀ। ਸਹੀ, ਅਤੇ ਕੁਛ ਸਾਂਸੀਆਂ ਦੇ ਘਰ ਸੀ। ਕੋਈ ਨਾਮ ਵਗੈਰਾ ਚੇਤੇ ਉਹਨਾਂ ਦੇ? ਨਾਂ ਨਹੀਂ ਚੇਤੇ ਮੇਰੇ, ਨਾਮ ਨਹੀਂ ਚੇਤੇ। ਉਹ ਵੀ ਮੇਰਾ ਹੁਣ ਨਾ ਉਮਰ ਜ਼ਿਆਦਾ ਹੋਣ ਕਰਕੇ ਮੈਨੂੰ ਨਾ ਮੇਰੀ ਯਾਦਾਸ਼ਤ ਜਿਹੜੀ ਆ ਉਹ ਕੱਢਦੀ ਜਾਂਦੀ। ਹਾਂਜੀ, ਸਹੀ ਸਹੀ ਸਹੀ। ਅੱਛਾ, ਵੈਸੇ ਆਪਸੀ ਵਸੇਬ ਤਗੜਾ ਸੀ, ਪਿੰਡ ਦਾ ਠੀਕ ਠਾਕ ਸੀ? ਬਿਲਕੁਲ ਠੀਕ ਠਾਕ ਸੀ, ਸਾਡੇ ਪਿੰਡ 'ਚ ਕਿਸੇ ਦੀ ਕੋਈ ਈਰਖਾਬਾਜ਼ੀ ਨਹੀਂ ਸੀ, ਸਾਰਾ ਪਿੰਡ ਮੇਲ ਮਿਲਾਪ ਦਾ ਰਹਿੰਦਾ ਸੀ।
ਤੁਹਾਡੇ ਪਿੰਡ 'ਚ ਮੈਂ ਸੁਣਿਆ ਸੀ ਇੱਕ ਸਕੂਲ ਗੁਰਮੁਖੀ ਦਾ, ਹਾਂਜੀ, ਬੀਬੀਆਂ ਵਾਸਤੇ ਵੀ ਹੈ ਸੀ, ਉਹ ਸ਼ਹੀਦ ਭਾਈ ਲਕਸ਼ਮਣ ਸਿੰਘ ਨੇ ਸਕੂਲ ਖੋਲਿਆ ਸੀ ਅਤੇ ਉਹਦੇ ਵਿੱਚ ਬੱਚੇ ਜਿਹੜੇ ਨੇ ਲੜਕੀਆਂ ਉਹ ਸਾਰੇ ਤਕਰੀਬਨ ਪੰਜਾਬ 'ਚੋਂ ਆਉਂਦੀਆਂ ਹੁੰਦੀਆਂ ਸੀ, ਹਾਂਜੀ, ਉਹਦੇ ਆ ਕੇ ਅਤੇ ਇੱਥੇ ਪੜ੍ਹਦੀਆਂ ਸੀ ਅਤੇ ਬੜਾ ਸੋਹਣਾ ਉਹਨਾਂ ਸਕੂਲ 'ਚ ਲਾਇਆ ਸੀ ਉਹ, ਅਤੇ ਖਰਚਾ ਸਾਰਾ ਉਹ ਆਪਣੇ ਕੋਲੋਂ ਹੀ ਕਰਦੇ ਸੀ, ਹਾਂਜੀ, ਅਸੀਂ ਪੜ੍ਹਿਆ ਵਾ ਇੱਦਾਂ ਹੀ, ਸਾਰਾ ਖਰਚਾ ਉਹਨਾਂ ਆਪਣੇ ਕੋਲੋਂ, ਉਹਨਾਂ ਆਪਣੀ ਅੱਧਾ ਮੁਰੱਬਾ ਜ਼ਮੀਨ ਵੀ ਗਹਿਣੇ ਪਾਤੀ ਸੀ ਸਕੂਲ ਵਾਸਤੇ। ਅੱਛਾ, 47 ਦੇ ਵਿੱਚ ਜੇ ਆਪਾਂ ਗੱਲ ਕਰੀਏ, ਵੈਸੇ ਤਾਂ ਲੋਕਾਂ ਨੂੰ ਜਾਇਦਾਦ ਦੇ ਵਿੱਚ ਦੌਲਤ ਮਿਲਦੀ ਹੈ, ਪੈਸਾ ਮਿਲਦਾ ਹੈ, ਕਿਸੇ ਕਿਸੇ ਨੂੰ ਜਗ੍ਹਾ ਮਿਲ ਜਾਂਦੀ ਹੈ, ਕਿਸੇ ਨੂੰ ਦੁਕਾਨਾਂ ਮਿਲ ਜਾਂਦੀ ਹੈ, ਲੇਕਿਨ ਕਿਸੇ ਕਿਸੇ ਨੂੰ ਵਿਰਾਸਤ ਮਿਲਦੀ ਹੈ ਆਪਣੇ ਵੱਡਿਆਂ ਦੀ, ਕਿਉਂਕਿ ਤੁਹਾਡੀ ਵਿਰਾਸਤ ਸੀ, ਇਹ ਕੁਰਬਾਨੀ ਸੀ ਬਹੁਤ ਵੱਡੀ ਤੁਹਾਡੇ ਵੱਡ ਵਡੇਰਿਆਂ ਦੀ, ਅਤੇ ਉਸ ਵਿਰਾਸਤ ਦੀ ਜੇ ਆਪਾਂ ਗੱਲ ਕਰੀਏ, ਤੁਹਾਡੇ ਭਾਈ ਲਕਸ਼ਮਣ ਸਿੰਘ ਸਿੱਖ ਕੌਮ ਦੀ ਵੀ ਵਿਰਾਸਤ ਨੇ, ਬਾਕੀ ਲੋਕ ਵੀ ਗਏ ਛੱਡ ਕੇ, ਲੇਕਿਨ ਚੁੱਕੇ ਭਾਈ ਲਕਸ਼ਮਣ ਸਿੰਘ ਦਾ ਜਨਮ ਸਥਾਨ ਵੀ ਇੱਥੇ ਸੀ, ਸ਼ਹਾਦਤ ਵੀ ਉਹਨਾਂ ਨੇ ਸਿੱਖ ਕੌਮ ਲਈ ਇੱਥੇ ਦਿੱਤੀ। ਤੁਹਾਨੂੰ ਛੱਡਣ ਵੇਲੇ ਕਿਹੜੀਆਂ ਕਿਹੜੀਆਂ ਤਕਲੀਫਾਂ ਦਰਪੇਸ਼ ਹੋਈਆਂ? ਇੱਕ ਤਾਂ ਆਪਣਾ ਕੰਮ ਕਾਰੋਬਾਰ ਜਗ੍ਹਾ ਦੇ ਨਾਲ ਨਾਲ ਇੱਕ ਵਿਰਾਸਤ ਛੱਡਣੀ ਕਿ ਭਾਈ ਲਕਸ਼ਮਣ ਸਿੰਘ ਦੀ ਸ਼ਹਾਦਤ ਉੱਥੇ ਹੋਈ, ਜਿਸ ਗੁਰਦੁਆਰੇ ਵਾਸਤੇ ਹੋਈ ਉਹ ਵੀ ਛੱਡ ਕੇ ਜਾ ਰਹੇ। ਜਦੋਂ ਅਸੀਂ ਪਿੰਡ ਛੱਡਿਆ, ਸਾਡਾ ਪਿੰਡ ਛੱਡਦੇ ਨਹੀਂ ਸੀ, ਕਹਿੰਦੇ ਸੀ ਵੀ ਜੇ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਤਾਂ ਉਹਦੇ ਰਾਜ ਅਲੱਗ ਅਲੱਗ ਹੋ ਗਏ, ਕੋਈ ਗੱਲ ਨਹੀਂ, ਪਰ ਅਸੀਂ ਤਾਂ ਉੱਧਰ ਮਤਲਬ ਵੀ ਜਨਤਾ ਤਾਂ ਇੱਦਾਂ ਹੀ ਰਹਿਣੀ, ਜਿੱਥੇ ਆ ਉੱਥੇ ਹੀ ਰਹਿਣੀ, ਰਾਜ ਹੀ ਬਦਲੀ ਹੋਇਆ। ਸਾਡਾ ਪਿੰਡ ਉੱਠਣ ਵਾਸਤੇ ਤਿਆਰ ਨਹੀਂ ਸੀ, ਸਹੀ, ਡਟੇ ਰਹੇ ਸੀ ਉੱਥੇ, ਕਹਿੰਦੇ ਕਿ ਨਹੀਂ ਪਿੰਡ ਨਹੀਂ ਜਾਣੇ ਅਤੇ ਅਸੀਂ ਰਹਾਂਗੇ ਇੱਥੇ ਹੀ। ਇਹ ਸਾਡੇ ਨਹਿਰ ਦੇ ਉੱਤੇ, ਪੁਲ ਦੇ ਉੱਤੇ ਮੈਂ ਵੇਖਿਆ ਹੁਣ ਨਹਿਰ ਜਿਹੜੀ ਸਰਕਾਰ ਤੋਂ ਵੀ ਆ, ਉਸ ਚੰਦਰਕੋਟ ਦੀ ਗੱਲ ਕਰ ਰਹੇ? ਨਹੀਂ ਨਹੀਂ ਨਹੀਂ, ਸੰਗਲਾ ਹੈ ਤੋਂ ਜਦੋਂ, ਹਾਂਜੀ ਹਾਂਜੀ, ਠੀਕ ਠੀਕ, ਅੱਜ ਦੇ ਨੂੰ ਅੱਜ ਦਾ ਸ਼ਾਹਕੋਟ ਵੱਲ ਰੱਖ ਬਰਾਂਚ ਵਾਲੀ ਜਿਹੜੀ ਨਹਿਰ, ਉਹ ਨਹਿਰ ਸੀ, ਠੀਕ, ਉਸ ਨਹਿਰ 'ਤੇ ਸਾਡੇ ਪਿੰਡ ਦਾ ਪਹਿਰਾ ਲੱਗਦਾ ਹੁੰਦਾ ਸੀ, ਇੱਕ ਦਿਨ ਪਹਿਰਾ ਨਹੀਂ ਸੀ ਅਤੇ ਸਾਡੇ ਪਿੰਡੋਂ ਇੱਕ ਸਿੰਘ ਸੀਗਾ, ਨਾ ਉਹਦਾ ਯਾਦ ਨਹੀਂ, ਉਹ ਆਪਣੇ ਸਹੁਰੇ ਗਿਆ ਸੀ ਆਪਣੀ ਲੜਕੀ ਨੂੰ ਲੈਣ ਵਾਸਤੇ, ਲੜਕੀ ਉੱਥੇ ਸੀ ਉਹਨੂੰ ਲੈਣ ਵਾਸਤੇ ਗਿਆ, ਸਹੀ, ਉਹ ਜਦੋਂ ਘੋੜੀ 'ਤੇ ਚੜ੍ਹਿਆ ਉਹਦਾ ਲੜਕੀ ਨਾਲ ਬਿਠਾਈ ਉਹਨੇ ਅਤੇ ਪੁੱਲ 'ਤੇ ਆਇਆ ਅਤੇ ਉਹਦਾ ਕੀਤਾ ਜਿਹੜੇ ਪਹਿਰੇ ਵਾਲੇ ਸੀ ਉਹਨਾਂ ਨੂੰ ਧੋ ਧੋ ਕੇ ਖਿੱਚੇ ਥੱਲੇ ਸੁੱਟ ਲਿਆ, ਸਹੀ, ਥੱਲੇ ਸੁੱਟ ਲਿਆ ਅਤੇ ਉਸ ਤੋਂ ਬਾਅਦ ਘੋੜੀ ਜਿਹੜੀ ਆ ਭੱਜ ਉੱਠੀ ਅਤੇ ਲੜਕੀ ਜਿਹੜੀ ਸੀ ਉਹ ਘੋੜੀ ਦੇ ਉੱਤੇ ਰਹੀ ਆ, ਉਹ ਲੜਕੀ ਜਾ ਕੇ ਗਾਂ ਦੇ ਪਿੰਡ ਗਈ ਆ ਅਤੇ ਉਹਨਾਂ ਲੜਕੀ ਨੂੰ ਲਾ ਕੇ ਅਤੇ ਪੁੱਛ ਗਿੱਛ ਕਰਕੇ ਅਤੇ ਫਿਰ ਉਹ ਲੜਕੀ ਸਾਡੇ ਪਿੰਡ ਪਹੁੰਚਾਈ। ਇਹਨਾਂ ਨੂੰ ਜਦੋਂ ਥੱਲੇ ਲਾਇਆ ਇਹਨਾਂ ਨੂੰ ਹੋਰ ਕਿਤੇ ਕੋਈ ਸੱਟ ਨਹੀਂ, ਮੈਂ ਖੁਦ ਆਪਣੀ ਅੱਖੀਂ ਵੇਖਿਆ, ਉਹਦੇ ਸਿਰਫ ਛਾਤੀ ਦੇ ਉੱਤੇ ਤਕਰੀਬਨ ਇੰਨਾ ਕੁ ਇੱਕ ਸੂਏ ਦਾ ਨਿਸ਼ਾਨ ਸੀ, ਇੰਨਾ ਕੁ ਦਾਗ ਸੀ ਅਤੇ ਛਾਤੀ ਦੇ ਵਿੱਚ, ਸਹੀ, ਮੈਂ ਆਪ ਆਪਣੀ ਅੱਖ ਵੇਖਿਆ, ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਦਿਲ 'ਤੇ, ਬਸ ਸੂਗਾ ਵੱਜਿਆ, ਹੋਰ ਕੋਈ ਨਿਸ਼ਾਨ ਨਹੀਂ ਸੀ ਉਹਦੇ। ਫਿਰ ਸਾਡਾ ਪਿੰਡ ਕਾਫੀ ਇਕੱਠਾ ਹੋ ਗਿਆ, ਉੱਥੋਂ ਫਿਰ ਲੈ ਕੇ ਆਏ, ਉਸੇ ਪਾਸੇ ਸਾਡੀਆਂ ਕਬਰਾਂ ਸੀਗੀਆਂ, ਸ਼ਮਸ਼ਾਨ ਘਾਟ, ਆਉਂਦਿਆਂ ਹੀ ਉੱਥੇ ਸੰਸਕਾਰ ਕੀਤਾ, ਸੰਸਕਾਰ ਕਰਨ ਤੋਂ ਬਾਅਦ ਫਿਰ ਪਿੰਡ ਦੇ ਮੌਤ ਮੇਰੇ ਸੀਗੇ ਉਹਨਾਂ ਆਖਿਆ ਵੀ ਆਪਣੇ ਗੱਡੇ 'ਚੋਂ। ਅੱਛਾ, ਫਿਰ ਹੁਣ ਮੈਂ ਤੁਹਾਡੀ ਸਮਝ ਸਕਦਾ ਫੀਲਿੰਗਸ, ਗੱਡੇ ਗੱਡੇ ਜੋੜੇ ਨੇ ਅਤੇ ਉਹ ਸਮਾਨ ਜਿਹਾ ਹੈ ਲੱਗ ਰਿਹਾ, ਬਾਹਰ ਇੱਕ ਰੋਡ ਆ ਹਜੇ ਤਗੜੀ ਵੇਖੀ ਹੋਣੀ ਹੈ, ਹਾਂਜੀ, ਉਹ ਰੋਡ ਦੇ ਵਿੱਚ ਗੱਡੇ ਖੜੇ, ਜਦੋਂ ਪਿੰਡੋਂ ਬਾਹਰ ਨਿਕਲੇ ਨੇ ਸਾਰੇ ਆਪਣੇ ਘਰਾਂ ਨੂੰ ਅੱਗ ਲਾ ਦਿੱਤੀ, ਆਪੇ ਲਾ ਦਿੱਤੀ ਅੱਗ, ਇੱਥੋਂ ਤੱਕ ਸਾਡੇ ਮਰਬੇ ਦੇ ਵਿੱਚ ਇੱਕ ਕਿਲੇ ਦੇ ਵਿੱਚ ਆਲ ਸ਼ੇਰ ਸਾਡੇ ਮਕਾਨ ਸੀ, ਸਾਡੇ ਉਹਨੂੰ ਵੀ ਅੱਗ ਲਾ ਆਈ ਸੀ, ਸਾਡੇ ਤੋਂ ਬਾਹਰ ਨਿਕਲ ਆਏ ਅਤੇ ਉਸ ਤੋਂ ਬਾਅਦ ਫਿਰ ਹੋਰ ਬੰਦੇ ਆ ਜਿਹੜੇ ਉਹਨਾਂ ਉਹ ਅੱਗ ਬੁਝਾਈ ਆ ਲੁੱਟ ਮਾਰ ਕੇ ਅਤੇ ਸਮਾਨ ਲੈ ਗਏ। ਜਦੋਂ ਅਸੀਂ ਗੰਡੇ ਲੈ ਕੇ ਗਾਂਹ ਤੁਰੇ ਹਾਂ ਅਤੇ ਸਾਡੇ 'ਤੇ ਕਾਫਲਾ ਪੈਣ ਲੱਗਿਆ, ਉਹ ਕਾਫਲੇ ਦੇ ਨਾਲ ਕੋਈ ਬਾਹਰ ਪਈ ਪਈ ਇਹਨਾਂ ਨੂੰ ਲੁੱਟ ਲੈਂਦੇ ਹਾਂ, ਸਾਡੇ ਪਿੰਡ ਕੋਲ ਅਸਲਾ ਹੈਗਾ ਸੀ, ਸਹੀ, ਅਤੇ ਸਾਡੇ ਫੌਜੀ ਸੀ ਉਹ ਗੱਡਿਆਂ ਦੇ ਦੋਵਾਂ ਪਾਸੇ ਨਾਲ ਜਾਂਦੇ, ਜਦੋਂ ਬਾਹਰ ਆਏ ਤਾਂ ਇਹਨਾਂ ਫਿਰ ਇਹਦਾ ਫਾਇਰ ਸ਼ੁਰੂ ਕਰਤਾ, ਜਦੋਂ ਫਾਇਰ ਕੀਤਾ ਭੱਜ ਗਏ,
ਅਸੀਂ ਵੀ ਉੱਥੋਂ ਗਾਂਹ ਨਿਕਲ ਕੇ ਤੇ ਸੱਚੇ ਸੁਣਦੇ ਹਾਂ ਕੈਂਪ 'ਚ ਗਏ ਕੁਛ ਕੈਂਪ 'ਚ ਗਏ ਸਾਡੇ ਰਿਸ਼ਤੇਦਾਰ ਇੰਸਟੀਚਿਊਟ ਬਣੇ ਮੇਰੀ ਮਾਸੀ ਸੀ ਅਤੇ ਅਸੀਂ ਸਾਡਾ ਟੱਬਰ ਫਿਰ ਤਕਰੀਬਨ ਸਾਰਾ ਹੀ ਉੱਥੇ ਉਹਨਾਂ ਦੇ ਘਰ ਚਲਾ ਗਏ ਅੱਛਾ ਠੀਕ ਉਹਨਾਂ ਦੇ ਘਰ ਰਹੇ ਫਿਰ ਕੁਛ ਦਿਨਾਂ ਬਾਅਦ ਸਾਨੂੰ ਗੱਡੀ ਮਿਲੀ ਆ ਮਾਲ ਗੱਡੀ ਸੀ ਖੁੱਲ੍ਹੇ ਡੱਬੇ ਅੱਛਾ ਉੱਥੇ ਅਸੀਂ ਆਏ ਹਾਂ ਅਸੀਂ ਜਦੋਂ ਸ਼ਦਰਾ ਸਟੇਸ਼ਨ 'ਤੇ ਆਏ ਹਾਂ ਉੱਥੇ ਸਾਡੀ ਗੱਡੀ ਰੋਕੀ ਗਈ ਸ਼ਦਰਾ ਸਟੇਸ਼ਨ ਠੀਕ ਹੈ ਉੱਥੇ ਤਕਰੀਬਨ ਸਾਰਾ ਦਿਨ ਰੁਕੀ ਰਹੀ ਅਤੇ ਉੱਥੇ ਪਾਣੀ ਦਾ ਬੰਦੋਬਸਤ ਕੀਤੀ ਸੀ ਅੱਛਾ ਉਹ ਇੱਥੋਂ ਤੱਕ ਸੀ ਅਤੇ ਨਾਲ ਕੀਤਾ ਸੀ ਵੀ ਜਿਹੜੀ ਨਾ ਜਾਂ ਗੰਦੀਆਂ ਸੀ ਨਾ ਪਾਣੀ ਵਾਲੀਆਂ ਉਹਨਾਂ 'ਚ ਜ਼ਹਿਰ ਪਾਇਆ ਸੀ ਅੱਛਾ ਅਤੇ ਆਖਣ ਲੱਗੇ ਵੀ ਪਾਣੀ ਕੋਈ ਨਾ ਪੀਓ ਪਾਣੀ ਕੋਈ ਨਹੀਂ ਪੀਤਾ ਉੱਥੇ ਜਿਹੜੀ ਪਬਲਿਕ ਸੀ ਉਹਨਾਂ ਕੀਤਾ ਪਹਿਲਾਂ ਜਾ ਕੇ ਤਾਂ ਸਾਰਿਆਂ ਨੂੰ ਆਖਿਆ ਜਿਹੜੇ ਕੋਈ ਹਥਿਆਰ ਹੈਗਾ ਥੱਲੇ ਸੁੱਟ ਦੇ ਅਸੀਂ ਕਲਾਸ਼ੀਕਾਂ ਨੇ ਜਿਹੜਾ ਮਿਲਦਾ ਨਹੀਂ ਉੱਥੇ ਮਾਰ ਦੇਣਾ ਤੁਹਾਨੂੰ ਅੱਛਾ ਹਥਿਆਰ ਸਾਰੇ ਸੁੱਟ ਦੇ ਤੁਸੀਂ ਪਾਕਿਸਤਾਨ ਪਹਿਲੀ ਵਾਰੀ ਹੁਣ ਆਏ ਹੋ ਮੈਂ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਅੱਛਾ ਤੁਹਾਡਾ ਭਾਈ ਲਛਮਣ ਸਿੰਘ ਦੇ ਭਰਾ ਦੇ ਤੁਸੀਂ ਪੋਤੇ ਹੋ ਠੀਕ ਹੈ ਮਤਲਬ ਪੋਤੇ ਹੀ ਹੋਏ ਉਹਨਾਂ ਦੇ ਉਹਨਾਂ ਦੇ ਬ੍ਰਦਰ ਦਾ ਨਾਮ ਕੀ ਸੀ ਭਾਈ ਲਛਮਣ ਸਿੰਘ ਦੇ ਸਭ ਤੋਂ ਵੱਡਾ ਸੀ ਊਧਮ ਸਿੰਘ ਊਧਮ ਸਿੰਘ ਉਸ ਤੋਂ ਛੋਟਾ ਸੀ ਹਾਕਮ ਸਿੰਘ ਸਹੀ ਹਾਕਮ ਸਿੰਘ ਸਾਡਾ ਦਾਦਾ ਸੀ ਤੁਹਾਡਾ ਦਾਦਾ ਸੀ ਉਹ ਤੋਂ ਛੋਟਾ ਸੀ ਮੂਲਾ ਸਿੰਘ ਸਹੀ ਉਹ ਤੋਂ ਛੋਟੇ ਸੀਗੇ ਸ਼ਹੀਦ ਭਾਈ ਲਛਮਣ ਸਿੰਘ ਸਾਰਿਆਂ ਤੋਂ ਛੋਟੇ ਸਾਰੇ ਛੋਟੇ ਸੀ ਅੱਛਾ ਤੁਹਾਡੀ ਜ਼ਮੀਨ ਕੀਤੀ ਕਿੰਨੀ ਸੀਗੀ ਸਾਡੀ ਜ਼ਮੀਨ ਪਹਿਲਾਂ ਸਾਡਾ ਜਿਹੜਾ ਪੜਦਾਦਾ ਸੀ ਉਹ ਫੌਜ 'ਚ ਨੌਕਰੀ ਕਰਦੇ ਸੀ ਅੱਛਾ ਮੈਂ ਤਾਂ ਦੱਸਿਆ ਕਿ ਜੀ ਜੀ ਅਤੇ ਉਹਨਾਂ ਨੂੰ 5 ਮਰਬੇ ਜ਼ਮੀਨ ਅੰਗਰੇਜ਼ਾਂ ਨੇ ਦਿੱਤੀ ਸੀ ਉੱਥੇ ਸਹੀ ਅਤੇ ਬਾਕੀ ਹੋਰ ਜ਼ਮੀਨ ਜੰਗਲ ਸੀ ਜੰਗਲ ਬਾਤ ਕਰਕੇ ਹਾਂਜੀ ਅਤੇ ਜ਼ਮੀਨਾਂ ਵਧਾ ਲਈਆਂ ਸੀ ਕਾਫੀ ਜੀ ਸਾਂਦਲ ਦੀ ਬਾਹਰ ਸੀ ਨਾ ਸਾਰੀ ਜੰਗਲ ਸੀ ਬਾਹਰ ਸਹੀ ਅਤੇ ਉੱਥੇ ਜਾ ਕੇ ਸਾਰੀ ਫਿਰ ਪੈ ਗਈ ਕਿ ਨਹੀਂ ਨਹੀਂ ਉੱਥੇ ਪੂਰੀ ਨਹੀਂ ਪਈ ਅੱਛਾ ਜਿਹੜੀ ਭਾਈ ਲਛਮਣ ਸਿੰਘ ਦੀ ਘਰ ਵਾਲੀ ਸੀ ਕਿਉਂਕਿ ਮੈਂ ਜਦੋਂ ਅੱਜ ਤੋਂ 4-5 ਸਾਲ ਪਹਿਲੇ ਤਾਰੋਵਾਲ ਗਿਆ ਸੀ ਅਤੇ ਮੈਨੂੰ ਬੜੀਆਂ ਗੱਲਾਂ ਸੁਣੀਆਂ ਕਿ ਭਾਈ ਲਛਮਣ ਸਿੰਘ ਜੀ ਦੀ ਜਿਹੜੀ ਘਰ ਵਾਲੀ ਸੀ ਲੋਕ ਉਹਨੂੰ ਬੜਾ ਮੰਨਦੇ ਸੀ ਜਿੱਥੋਂ ਲੰਘਦੀ ਸੀ ਅਤੇ ਲੋਕ ਉਹਨਾਂ ਦੇ ਕਦਮਾਂ ਨੂੰ ਹੱਥ ਲਾ ਕੇ ਅਤੇ ਬੜਾ ਇਨਕ ਮਾਨ ਸਤਿਕਾਰ ਸੀ ਭਾਈ ਉਹ ਸਿਰ 'ਤੇ ਗ੍ਰਿਫਤਾਰੀ ਸੀਗੇ ਸਿਰ 'ਤੇ ਕੇਸ ਬੰਨ੍ਹਦੇ ਸੀ ਅੱਛਾ ਅਤੇ ਜ਼ਿਆਦਾਤਰ ਸਾਡੇ ਉੱਥੇ ਪਿੰਡ ਗੋਦਰਪੁਰ ਰਹਿੰਦੇ ਸੀ ਸਹੀ ਮੈਂ ਸਭ ਤੋਂ ਇਹਨਾਂ ਦੇ ਵੱਡਾ ਭਰਾਤਾ ਜਿਹੜੇ ਊਧਮ ਸਿੰਘ ਉਹਨਾਂ ਦਾ ਪੜਪੋਤਾ ਜੀ ਅੱਛਾ ਤੁਸੀਂ ਵੀ ਭਾਈ ਲਛਮਣ ਸਿੰਘ ਦੇ ਪੜਪੋਤੇ ਹੋ ਹਾਂਜੀ ਮੈਂ ਪੜਪੋਤੇ ਠੀਕ ਠੀਕ ਹਾਕਮ ਸੌਰੀ ਊਧਮ ਸਿੰਘ ਸਭ ਤੋਂ ਵੱਡੇ ਜਿਹੜੇ ਇਹਨਾਂ ਦੇ ਸੀਗੇ ਬ੍ਰਦਰ ਅਤੇ ਮਾਤਾ ਇੰਦਰ ਕੌਰ ਜੀ ਜਿਹੜੇ ਉਹ ਸਾਨੂੰ ਮੇਰੀ ਮਾਤਾ ਅਤੇ ਭਾਪਾ ਜੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਸੇਵਾ ਕਰਦਾ 13-14 ਸਾਲ ਦਾ ਮੌਕਾ ਮਤਲਬ ਉਹ ਤੁਹਾਡੇ ਕੋਲ ਹੀ ਰਹੇ ਸਾਡੇ ਕੋਲ ਅੱਛਾ ਜਿਹੜੀ ਭਾਈ ਲਛਮਣ ਸਿੰਘ ਦੀ ਘਰ ਵਾਲੀ ਸੀਗੀ ਉਹ ਤੁਹਾਡੇ ਕੋਲ ਇੰਦਰ ਕੌਰ ਜੀ ਸਹੀ 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 ਤੁਹਾਡਾ ਕੀ ਨਾਂ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਤੇ ਤੁਹਾਡਾ ਵੀ ਪਾਕਿਸਤਾਨ ਦੇ ਇਹਨਾਂ ਦਾ ਨਾਲ ਕੀ ਰਿਸ਼ਤਾ ਤੁਹਾਡਾ ਨਹੀਂ ਨਹੀਂ ਮੇਰੇ ਫਾਦਰ ਸਾਹਿਬ ਨੇ ਅੱਛਾ 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 ਤੁਸੀਂ ਅੱਗੇ ਪੜਪੋਤੇ ਤੋਂ ਵੀ ਅੱਗੇ ਜਨਾਬ ਪੜਪੋਤੇ ਠੀਕ 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 ਤਾਂ ਜੀ ਵੇਖੋ ਕਿੰਨੀ ਖੂਬਸੂਰਤ ਗੱਲ ਹੈ ਭਾਈ ਲਛਮਣ ਸਿੰਘ ਦਾ ਸਾਰਾ ਪਰਿਵਾਰ ਸਾਡੇ ਨਾਲ ਬੈਠਾ ਹੋਇਆ ਅਤੇ ਅਸੀਂ ਰਾਜ ਜਿਹੜੇ ਰਾਜਪਾਲ ਸਿੰਘ ਨੇ ਇਤਿਹਾਸਕ ਤੱਤ ਵੀ ਇਹਨਾਂ ਕੋਲ ਜਾਣਾਂਗੇ ਰਾਜਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਅਤੇ ਤੁਹਾਡਾ ਕਿਹੜਾ ਇਲਾਕਾ ਮੇਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਇੱਧਰੋਂ ਪਾਕਿਸਤਾਨ ਤੋਂ ਗਏ ਉੱਠ ਕੇ ਅੱਛਾ ਸਾਡਾ ਲੈਲਪੁਰ ਜ਼ਿਲ੍ਹਾ ਸੀਗਾ ਅੱਛਾ ਅਤੇ ਏਰੀਆ 'ਚ ਕਿਹੜੀ ਜਗ੍ਹਾ ਤੁਹਾਡੀ ਹੁਣ ਅਸੀਂ ਵੱਖ ਵੱਖ ਪਿੰਡਾਂ 'ਚ ਬੈਠ ਗਏ ਇੱਥੋਂ ਉੱਠ ਕੇ ਫਿਰ ਅਸੀਂ ਬਟਾਲੇ ਦੇ ਕੋਲ ਬੈਠੇ ਸੀਗੇ ਪਰ ਉੱਥੇ ਅਸੀਂ ਭਾਗੋਵਾਲੀ ਵੱਜਦੇ ਉਸ ਪਿੰਡ ਦੇ ਵਿੱਚ ਅਸੀਂ ਸਹੀ ਸਹੀ ਸਾਨੂੰ ਭਾਗੋਵਾਲੀ ਰਿਹਾ ਜਾਂਦਾ ਸਹੀ ਅਤੇ ਪਾਕਿਸਤਾਨ 'ਚ ਕਿਹੜਾ ਇਲਾਕਾ ਸੀ ਤੁਹਾਡਾ ਸਾਡਾ ਲੈਲਪੁਰ ਜ਼ਿਲ੍ਹਾ ਲੈਲਪੁਰ ਜ਼ਿਲ੍ਹਾ ਅਤੇ ਉਹ ਪਿੰਡ ਭਾਗੋਵਾਲ 261 ਆਰਮੀ ਲੋ ਜੀ ਇੱਥੇ ਜਿਹੜੇ ਬਜ਼ੁਰਗ ਮੌਜੂਦ ਨੇ ਉਹਨਾਂ ਨੇ ਕੁਛ ਡਾਕੂਮੈਂਟਸ ਵੀ ਫੜ ਲਏ ਨੇ ਅਤੇ ਆਪਾਂ ਇਹਨਾਂ ਨਾਲ ਇਹ ਵੀ ਗੱਲਬਾਤ ਕਰਾਂਗੇ ਹੈ ਜੀ ਹੈ ਜੀ ਭਾਈ ਲਛਮਣ ਸਿੰਘ ਜਥੇਦਾਰ ਭਾਈ ਲਛਮਣ ਸਿੰਘ ਦੀ ਜਿਹੜੀ ਇੱਕ ਤਸਵੀਰ ਹੈ ਇਹ ਮੇਰੇ ਲਈ ਲੈ ਕੇ ਆਏ ਨੇ ਚਲੋ ਸਾਡੇ ਘਰ ਦੀ ਰੌਣਕ ਜਿਹੜੀ ਹੈ ਉਹ ਵੱਧ ਜਾਏਗੀ ਔਰ ਸਾਡੇ ਵਾਸਤੇ ਮਾਣ ਦੀ ਗੱਲ ਇਹਦੇ ਉੱਪਰ ਲਿਖਿਆ ਹੋਇਆ ਜਥੇਦਾਰ ਭਾਈ ਲਛਮਣ ਸਿੰਘ ਜੀ ਸ਼ਹੀਦ ਪਿੰਡ ਤਾਰੋਵਾਲ ਚੱਕ ਨੰਬਰ 33 ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਮੈਂ ਇਹਦੇ 'ਚ ਦੱਸਦਾ ਚਾਹਾਂ ਕਿ ਹਰ ਕੌਮ ਦਾ ਜਿਹੜਾ ਇਤਿਹਾਸ ਹੁੰਦਾ ਹੈ ਉਹ ਉਹਦੀ ਟੱਕ ਹੁੰਦੀ ਹੈ ਬੁਨਿਆਦ ਹੁੰਦੀ ਹੈ
ਔਰ ਉਹਦੇ ਉੱਪਰ ਹੀ ਕੌਮਾਂ ਜਿਹੜੀਆਂ ਨੇ ਆਪਣੇ ਇਤਿਹਾਸ ਦੇ ਉੱਪਰ ਖਲੋਤੀਆਂ ਹੁੰਦੀਆਂ ਨੇ। ਮੈਂ ਆਪਣੇ ਮੁਸਲਮਾਨ ਮੀਰ ਜਿਹੜੇ ਲੈਂਦੇ ਪਾਸੇ ਵੇਖਦੇ ਨੇ, ਮੈਂ ਉਹਨਾਂ ਨੂੰ ਦੱਸ ਰਿਹਾ ਕਿ ਸ਼ਹੀਦ ਭਾਈ ਲਛਮਣ ਸਿੰਘ ਜਿਹੜੇ ਨੇ ਉਹ ਮਹਾਨ ਸ਼ਹੀਦ ਨੇ। ਜਦੋਂ ਨਨਕਾਣਾ ਸਾਹਿਬ ਉੱਪਰ ਮਹੰਤਾਂ ਦਾ ਕਬਜ਼ਾ ਸੀ ਤਾਂ ਉਹਨਾਂ ਨੇ ਸਾਡੇ ਗੁਰੂ ਘਰ ਨੂੰ ਆਜ਼ਾਦ ਕਰਵਾਇਆ, ਅਤੇ ਇਹ ਨੇ ਭਾਈ ਲਛਮਣ ਸਿੰਘ ਜੀ ਸ਼ਹੀਦ। ਸੋ ਅੱਜ ਅਸੀਂ ਇਹਨਾਂ ਦੇ ਪਿੰਡ 'ਚ ਜਾਵਾਂਗੇ ਔਰ ਇਹ ਪਰਿਵਾਰ ਜਿਹੜਾ ਮੇਰੇ ਨਾਲ ਬੈਠਾ ਹੈ ਇਹ ਉਹਨਾਂ ਦੇ ਪਰਿਵਾਰ ਦੇ ਵਿੱਚ ਨੇ, ਉਹਨਾਂ ਦੇ ਪੋਤੇ ਨੇ। ਸੋ ਆਪਾਂ ਬਹੁਤ ਸਾਰੀਆਂ ਅੱਜ ਗੱਲਾਂ ਬਾਤਾਂ ਹੋਰ ਕਰਦੀਆਂ ਨੇ। ਵੇਖੋ ਇਹ ਜੀ ਜ਼ਮੀਨਾਂ ਦੇ ਕਾਗਜ਼, ਜ਼ਮੀਨ ਦੇ ਮਾਤਾ ਇੰਦਰ ਕੌਰ ਦੀ ਜਿਹੜੀ ਜ਼ਮੀਨ ਹੈ ਜੀ। ਅੱਛਾ, ਉੱਥੇ ਏਰੀਆ ਜਾ ਕੇ ਲਾਉਂਦੇ ਜੀ। ਬੜੀ ਸੋਹਣੀ ਗੱਲ ਹੈ ਜੀ, ਇਹਨਾਂ ਕੋਲ ਸਾਰਾ ਡਾਟਾ ਤੱਕ ਮੌਜੂਦ ਹੈ, ਉਰਦੂ ਜ਼ਬਾਨ ਦੇ ਵਿੱਚ ਇਹ ਸਾਰਾ ਕੁਛ ਲਿਖਿਆ ਹੋਇਆ ਹੈ। ਫੈਮਿਲੀ ਬੈਕਗ੍ਰਾਉਂਡ ਕੁਰਸੀ ਨਵਾਂ ਸਰ ਜੀ, ਇਹਨਾਂ ਦੇ ਫਾਦਰ ਸਾਹਿਬ ਅਤੇ ਜਿਹੜੇ ਸਾਰੇ ਵੱਡੇ ਵਡੇਰੀ ਜਿਹੜੇ ਸਾਰਾ ਉਹਦਾ। ਇਹ ਵੇਖੋ ਜੀ ਪੂਰਾ ਉਹਨਾਂ ਦਾ ਜਿਹੜਾ ਹੈ ਪਿਛੋਕੜ, ਫੈਮਿਲੀ ਟ੍ਰੀ ਜਿਹਨੂੰ ਕਿਹਾ ਜਾਂਦਾ ਹੈ। ਗੁਲਾਬ ਸਿੰਘ ਤੋਂ ਇਹ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ। ਨਿਰੰਗ ਸਿੰਘ, ਮੇਹਰ ਸਿੰਘ, ਦੱਤ ਸਿੰਘ, ਮੰਗਲ ਸਿੰਘ, ਬਹਾਦੁਰ ਸਿੰਘ, ਸ਼ੇਰ ਸਿੰਘ, ਔਰ ਫਿਰ ਉਸ ਤੋਂ ਬਾਅਦ ਭਾਈ ਲਛਮਣ ਸਿੰਘ ਦੀ ਪੀੜ੍ਹੀ ਆਉਂਦੀ ਹੈ। ਊਧਮ ਸਿੰਘ, ਹਾਕਮ ਸਿੰਘ, ਮੂਲਾ ਸਿੰਘ ਅਤੇ ਭਾਈ ਲਛਮਣ ਸਿੰਘ ਜੀ ਸ਼ਹੀਦ ਨਨਕਾਣਾ ਸਾਹਿਬ ਵਾਲੇ, ਔਰ ਉਸ ਤੋਂ ਬਾਅਦ ਸਾਰੀ ਇਹ ਪੀੜ੍ਹੀ ਅੱਗੇ ਚੱਲਦੀ ਹੈ। ਅੱਛਾ, ਇੱਕ ਗੱਲ ਹੋਰ ਬੜੀ ਅਹਿਮ ਹੈ, ਤੁਹਾਡੇ ਪਿੰਡ ਦੇ ਨਾਮ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਦਰਜ ਨੇ, ਅਤੇ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਸ਼ਹੀਦ ਸੀਗੇ, ਤੁਹਾਡੇ ਪਿੰਡ ਤੋਂ ਕਿੰਨੇ ਸ਼ਹੀਦ ਸੀ, ਇਹ ਦੋ ਗੱਲਾਂ ਦੱਸੋ। ਸਾਡੇ ਪਿੰਡ ਦੇ ਵਿੱਚੋਂ ਛੇ ਸ਼ਹੀਦ ਸੀ, ਛੇ ਸ਼ਹੀਦ ਸੀਗੇ। ਸਾਡੇ ਪਰਿਵਾਰ ਦੇ ਵਿੱਚੋਂ ਤਿੰਨ ਸ਼ਹੀਦ ਸਨ। ਕਿਹੜੇ ਕਿਹੜੇ ਤੁਹਾਡੇ ਪਰਿਵਾਰ ਸ਼ਹੀਦ ਸਨ? ਇੱਕ ਸ਼ਹੀਦ ਭਾਈ ਲਛਮਣ ਸਿੰਘ ਜਥੇਦਾਰ, ਸ਼ਹੀਦ ਭਾਈ ਲਛਮਣ, ਦੂਸਰਾ ਮੰਗਲ ਸਿੰਘ, ਕਿਰਪਾਨ ਬਹਾਦਰ, ਕਿਰਪਾਨ ਬਹਾਦਰ, ਅਤੇ ਤੀਸਰੇ ਸੀ ਭਾਈ ਈਸ਼ਰ ਸਿੰਘ। ਭਾਈ ਈਸ਼ਰ ਸਿੰਘ ਤੁਹਾਡੇ ਕੀ ਲੱਗਦੇ ਸੀ? ਉਹ ਤਾਇਆ ਲੱਗਦਾ, ਤਾਇਆ ਲੱਗਦਾ ਸੀ। ਸਹੀ। ਗੁਰਦੁਆਰਾ ਜਨਮ ਸਥਾਨ ਜਿਹਦੇ ਲਈ ਆਪਾਂ ਸੁਬਹਾ ਸ਼ਾਮ ਅਰਦਾਸ ਕਰਦੇ ਹਾਂ, ਦੁਨੀਆਂ ਦੇ ਵਿੱਚ ਆਪਾਂ ਜਿੱਥੇ ਵੀ ਰਹਿੰਦੇ ਹਾਂ, ਹਰ ਗੁਰੂ ਘਰ ਲਈ, ਗੁਰੂ ਘਰ ਦੇ ਦਰਸ਼ਨ ਲਈ ਅਰਦਾਸ ਕੀਤੀ ਜਾਂਦੀ ਹੈ। ਔਰ ਇਹਨੂੰ ਜ਼ਾਲਮਾਂ ਦੇ ਹੱਥਾਂ ਵਿੱਚੋਂ ਜਿਨ੍ਹਾਂ ਨੇ ਖਾਲੀ ਕਰਾਇਆ, ਜਦੋਂ ਚਾਬੀ ਦਾ ਮੋਰਚਾ ਹੋਇਆ, ਸ਼ਹੀਦ ਭਾਈ ਲਛਮਣ ਸਿੰਘ ਜਿਨ੍ਹਾਂ ਨੇ ਆਵਾਜ਼ ਚੁੱਕੀ। ਦੇਖੋ ਕਿਸੇ ਵੀ ਜ਼ਾਲਮ ਹੁਕਮਰਾਨ ਦੇ ਅੱਗੇ ਜਦੋਂ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਤਾਕਤਵਰ ਨਹੀਂ ਹੋਦੇ ਅੱਗੇ, ਲੇਕਿਨ ਇਹਦੇ ਬਾਵਜੂਦ ਤੁਸੀਂ ਖੜ੍ਹੇ ਹੋ ਜਾਂਦੇ ਹੋ, ਸਾਬਤ ਕਦਮ ਰਹਿੰਦੇ ਹੋ, ਤਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਭਾਈ ਲਛਮਣ ਸਿੰਘ ਦੀ ਜਿਹੜੀ ਇਹ ਅਦੁੱਤੀ ਸ਼ਹਾਦਤ ਹੈ, ਇਹ ਸਾਡੇ ਉੱਪਰ ਜਿਹੜਾ ਮੈਂ ਸਮਝਦਾ ਅਸੀਂ ਵਾਰਸ ਜਿਹੜੇ ਹਾਂ ਆਪਾਂ, ਸਾਡੇ ਉੱਪਰ ਇੱਕ ਅਹਿਸਾਨ ਹੈ ਉਹਨਾਂ ਦਾ। ਔਰ ਗੁਰਦੁਆਰਾ ਜਨਮ ਸਥਾਨ ਦੇ ਵਿੱਚ ਇੱਡੀ ਵੱਡੀ ਕੁਰਬਾਨੀ ਉਹਨਾਂ ਨੇ ਦਿੱਤੀ, ਬਜ਼ੁਰਗਾਂ ਦੀ ਸੀਨਾ ਪਸੀਨਾ ਗੱਲਾਂ ਵੀ ਸੁਣਦੇ ਰਹਾਂਗੇ। ਭਾਈ ਰਾਜਪਾਲ ਸਿੰਘ ਨੇ ਉਹਨਾਂ ਕੋਲੋਂ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਤਾਬਾਂ ਦੇ ਵਿੱਚ ਕੀ ਕੁਛ ਲਿਖਿਆ, ਬਾਕੀ ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇੱਕ ਪੂਰਾ ਇਹਨਾਂ ਦੇ ਵਿੱਚ ਇਹਨਾਂ ਦੇ ਕੋਲ ਅਸੀਂ ਇਹਨਾਂ ਦੇ ਸੀਨੇ ਦੇ ਵਿੱਚ ਇਹਨਾਂ ਨੇ ਆਪਣੇ ਵੱਡ ਵਡੇਰਿਆਂ ਕੋਲ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ। ਤੋ ਆਪਾਂ ਸਾਰੀਆਂ ਗੱਲਾਂ ਕਰਦੇ ਨੇ, ਨਾਲ ਦੇ ਨਾਲ ਸਫ਼ਰ ਸ਼ੁਰੂ ਕਰੀਏ ਅਤੇ ਧਾਰੋਵਾਲ ਅਤੇ ਅਤੀ ਚੱਕ ਵੱਲ ਜਾਂਦੇ ਹਾਂ। ਨਿਕਲੀ ਆ ਨਾ, ਹਾਂਜੀ, ਇਹ ਚਨਾਬ 'ਚੋਂ ਨਾ ਤਿੰਨ ਨਹਿਰਾਂ ਨਿਕਲੀਆਂ ਨੇ, ਰੱਖ ਬ੍ਰਾਂਚ ਜਿੱਥੇ ਤੁਹਾਡਾ ਪਿੰਡ ਹੈ, ਇਹ ਹੈਗੀ ਗੋਗੇਰਾ ਬ੍ਰਾਂਚ, ਇੱਕ ਹੈ ਝੰਗ ਬ੍ਰਾਂਚ, ਇਹ ਤਿੰਨ ਨਹਿਰਾਂ ਕੱਢੀਆਂ ਗੋਰਿਆਂ ਨੇ। ਔਰ ਇਹ ਤੁਹਾਨੂੰ ਪਤਾ ਹੀ ਹੈ, ਅੱਗੇ ਆਪਾਂ ਗੱਲਬਾਤ ਕੀਤੀ ਕਿ ਜਿਹੜੇ ਜੱਥਾ ਆਇਆ ਸੀ ਉਹ ਇਸ ਪੁੱਲ 'ਤੇ ਉਹਨਾਂ ਨੇ ਇਕੱਠੇ ਹੋਣਾ ਸੀ, ਅਤੇ ਕਰਤਾਰ ਸਿੰਘ ਚੱਬਰ ਦਾ ਜਿਹੜਾ ਜੱਥਾ ਸੀ ਉਹ ਫਿਰ ਵਾਪਸ ਚਲਾ ਗਿਆ ਸੀ। ਉਹਨਾਂ ਨਾਲ ਹਾਲਾਂਕਿ ਬੰਦੇ ਬਹੁਤ ਜ਼ਿਆਦਾ ਸੀਗੇ। 20 ਫਰਵਰੀ ਦੱਸਦੇ ਆ, 20 ਫਰਵਰੀ ਸੁਬਹਾ 6 ਵਜੇ ਇੱਥੇ ਇਕੱਠੇ ਹੋਣਾ ਸੀਗਾ। ਹਾਂਜੀ, ਔਰ ਇਹਦੇ ਅੰਦਰ ਅੰਦਰ ਜਿੰਨੀ ਜਗ੍ਹਾ ਹੈਗੀ ਹੈ, ਔਕਾਫ ਦੀ ਲਾ ਲਓ ਜਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਅਤੇ ਇੱਧਰ ਇੱਧਰ ਜਿਹੜੀ ਹੈ ਇਹ ਸਾਰੀ ਬਾਹਰ ਦੀ ਸੀ। ਸ਼੍ਰੀ ਭਾਈ ਲਛਮਣ ਸਿੰਘ ਜਗ੍ਹਾ ਸੀ, ਇਹਨੂੰ ਚਿੱਠੀ ਨਹੀਂ ਮਿਲੀ, ਲੱਭਦੇ ਰਹੇ ਸਾਰੀ ਰਾਤ ਲੱਭਦੇ ਰਹੇ ਆ, ਇਹਦਾ ਮਿਲਾਪ ਨਹੀਂ ਹੋਇਆ। ਦਿਨ ਚੜ੍ਹ ਲਾਸਟ ਵਿੱਚ ਮਿਲਾਪ ਹੋਇਆ, ਅਤੇ ਉਦੋਂ ਆਖਿਆ ਵੀ ਜਥਾ ਰੁਕ ਜੇ, ਅਤੇ ਜਦੋਂ ਇਹਨਾਂ ਆਖਿਆ ਜਥਾ ਰੁਕ ਜੇ, ਜਿਹੜਾ ਆਪਣਾ ਭਾਈ ਵਰਿਆਮ ਸਿੰਘ ਨਿਜ਼ਾਮਪੁਰੀਆ, ਉਹਨੂੰ ਜਦੋਂ ਚਿੱਠੀ ਉਹ ਪੜ੍ਹ ਕੇ ਸੁਣਾਈ, ਅਤੇ ਫਿਰ ਆਖਣ ਲੱਗਾ ਵੀ ਅਸੀਂ ਰੁਕਣਾ ਨਹੀਂ, ਅਸੀਂ ਤੁਰੇ ਹਾਂ, ਅਸੀਂ ਪਿਛਾਹ ਨਹੀਂ ਹਟਣਾ, ਅਸੀਂ ਗਾਂਹ ਚੱਲਾਂਗੇ। ਤੋਂ ਆਪਣੇ ਸ਼ਹੀਦ ਭਾਈ ਲਛਮਣ ਸਿੰਘ ਨੇ ਖੁੰਡਾ ਉਹਨਾਂ ਦੇ ਕੋਲ ਹੁੰਦਾ ਸੀ, ਖੁੰਡੇ ਦੀ ਲਕੀਰ ਕੱਢੀ ਆ ਵੀ ਜਿਹਨੇ ਸ਼ਹੀਦੀ ਪਾਉਣੀ ਸਾਡੇ ਮਗਰ ਆ ਜਾਓ, ਜਿਹਨੇ ਨਹੀਂ ਪਾਉਣੀ ਵਾਪਸ ਚਲੇ ਜਾਓ। ਉਹ ਅੱਗੇ ਰੱਖ ਕੇ ਤੁਰ ਪਏ, ਮਗਰ ਸਾਰੇ ਫਿਰ ਸਾਰਾ ਜਥਾ ਚੱਲ ਪਿਆ।
ਬਾਪੂ ਜੀ ਆ ਸ਼ਾਹਕੋਟੋਂ ਨੰਗ ਆਏ ਹਾਂ ਹੁਣ ਆਪਾਂ ਹਾਂ ਜੀ ਸ਼ਾਹਕੋਟ ਦਾ ਯਾਦ ਆ ਹਾਂ ਸ਼ਾਹਕੋਟ ਯਾਦ ਆ ਅੱਛਾ ਬਾਪੂ ਜੀ ਇਹ ਪਿੰਡ ਹੈਗਾ 50 ਚੱਕ ਟਵਾਣਾ ਅੱਛਾ ਤੇ ਅੱਛਾ ਇਹ ਦੱਸੋ ਤੁਸੀਂ ਵੀ ਪੜ੍ਹੇ ਹੋ ਮੈਂ ਪੜ੍ਹਿਆ ਚਾਰਜ ਮਾਤਾ ਇੱਥੇ ਪੜ੍ਹਿਆ ਸੀ ਅੱਛਾ ਬਜ਼ੁਰਗੋ ਇਹ ਹੁਣ ਇਹ ਰੋਡ ਜਿਹੜਾ ਧਾਰੋਵਾਲ ਹੈ ਉਰਦੂ ਪੜ੍ਹ ਲੈਂਦੇ ਹੋ ਹਾਂ ਜੀ ਮਾੜਾ ਮਾੜਾ ਤੇ ਹੁਣ ਆਪਾਂ ਇਹ ਤੁਹਾਡੇ ਪਿੰਡ ਵਾਲੇ ਪਾਸੇ ਘੁੰਮ ਗਏ ਹਾਂ ਹਾਂ ਜੀ ਤੁਹਾਡੇ ਪਿੰਡ ਦਾ ਪੁਰਾਣਾ ਸਕੂਲ ਹੈ ਠੀਕ ਹੈ ਵੇਖ ਸਕਦੇ ਹੋ ਅੱਛਾ ਘਰ ਬਾਬਾ ਨਵੇਂ ਬਣ ਗਏ ਹਾਂ ਸਾਰੇ ਘਰ ਸਕੂਲ ਬਾਰ ਬਾਰ ਸੀ ਨਾ ਤੁਹਾਡੇ ਸਕੂਲ ਜਿਹੜਾ ਨਾ ਗੁਰਦੁਆਰੇ ਲਾਗੇ ਪੈ ਜਾਂਦਾ ਸੀ ਅੱਛਾ ਅੱਛਾ ਉਹ ਫਿਰ ਇਹ ਨਵਾਂ ਬਣਿਆ ਹੋਣਾ ਸਕੂਲ ਇਹ ਫਿਰ ਨਵਾਂ ਬਣਿਆ ਹਾਂ ਮੈਂ ਤੁਹਾਨੂੰ ਪਿੰਡ ਦੇ ਅੰਦਰ ਅੰਦਰ ਲੈ ਜਾਣਾ ਪੁਰਾਣੇ ਵਾਲੀ ਜਗ੍ਹਾ ਤੇ ਜਿੱਥੇ ਮੈਂ ਇੱਕ ਦੋ ਵਾਰੀ ਆਇਆ ਠੀਕ ਹੈ ਜਿੱਥੇ ਗੁਰਦੁਆਰਾ ਨਾ ਉਹ ਵੇਖ ਮੈਂ ਗੁਰਦੁਆਰੇ ਦੇ ਲਾਗੇ ਤੁਹਾਨੂੰ ਲੈ ਜਾਣਾ ਅੱਜ ਮੇਨ ਬਾਜ਼ਾਰ ਸੜਕ ਹੁਣ ਵਿੱਚ ਹੋ ਗਈ ਪੱਕੀ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਇੱਕ ਹੋਰ ਬਜ਼ੁਰਗ ਹੈਗੇ ਸੀਗੇ ਮੈਨੂੰ ਇਸੇ ਸਾਲ ਮਿਲੇ ਸੀ ਉਹ ਲਾਜ਼ਮੀ ਹੋਣੇ ਬਾਈ ਕਿੰਨੀ ਦੇਰ ਬਾਅਦ ਆਏ ਹੋ ਉਸ ਤੋਂ ਬਾਅਦ ਆਏ ਨੀ ਸੰਤਾਲੀ ਤੋਂ ਸੰਤਾਲੀ ਤੋਂ ਬਾਅਦ ਆਏ ਨੀ ਬਾਕੀ ਤੁਸੀਂ ਆ ਜਾਓ ਬੈਠ ਕੇ ਬਹਿੰਦੇ ਆ ਤੁਹਾਨੂੰ ਖਾਣਾ ਛਾਣਾ ਖਵਾ ਕੇ ਫੇਰ ਤੁਹਾਨੂੰ ਅਗਲਾ ਸਾਨੂੰ ਇੱਕ ਬਜ਼ੁਰਗ ਨਾਲ ਮਿਲਣਾ ਮੈਂ ਅੱਗੇ ਆਇਆ ਸੀ ਉਹਨਾਂ ਨੇ ਮੈਨੂੰ ਬੜਾ ਕੁਛ ਦੱਸਿਆ ਸੀ ਉਹਨਾਂ ਦੀ ਫੋਟੋ ਦਿਖਾਓ ਹਾਂ ਬਾਬਾ ਰਹਿਮਤ ਮੇਰੇ ਖਿਆਲ ਬਾਬਾ ਰਹਿਮਤ ਜੀ ਕੋਈ ਚੇਤਾ ਆ ਰਿਹਾ ਕਿ ਨਹੀਂ ਚੇਤਾ ਮੈਨੂੰ ਹੈ ਸਾਰਾ ਹੀ ਥੋੜ੍ਹਾ ਪਿੰਡ ਦਾ ਹੁਲੀਆ ਬਦਲਿਆ ਵੱਡਾ ਬਾਜ਼ਾਰ ਜਿੱਥੋਂ ਮੈਨੂੰ ਮਿਲੇਗਾ ਫਿਰ ਮੈਂ ਤੁਹਾਨੂੰ ਦੱਸਾਂ ਵੀ ਆਹ ਘਰ ਨੇ ਸਾਡੇ ਆਹ ਬਾਬਾ ਜੀ ਦਾ ਘਰ ਆ ਆਸ ਪਾਸੇ ਦੂਸਰੀ ਨਾਲ ਦੀ ਗਲੀ 'ਚ ਪੈਂਦਾ ਉਹ ਸਾਨੂੰ ਖੁੱਲ੍ਹੇ ਬਾਜ਼ਾਰ ਛੱਡ ਦਿੰਦੇ ਹਾਂ ਦਿਮਾਗ ਦੇ ਵਿੱਚ ਸਾਰਾ ਪੁਰਾਣਾ ਫਿਰ ਰਿਹਾ ਕਿ ਨਹੀਂ ਉਹ ਤਾਂ ਫਿਰ ਰਿਹਾ ਪੁਰਾਣਾ ਜਿਹੜਾ ਸੀ ਪਰ ਹੈ ਹੀ ਸਾਰਾ ਨਵਾਂ ਬਣ ਗਿਆ ਕੁਛ ਇਸ ਪਾਸੇ ਆ ਸਾਡਾ ਰੋਡ ਹੁੰਦਾ ਸੀ ਸਾਰਾ ਰੋਡ ਸੀ ਬਿਲਕੁਲ ਖਾਲੀ ਕੋਈ ਦਰਖਤ ਨਹੀਂ ਕੁਛ ਸਿਰਫ ਇੱਕ ਦਰਖਤ ਸੀਗਾ ਉਹ ਵੀ ਬਹੁਤਾ ਵੱਡਾ ਨਹੀਂ ਵਣ ਦਾ ਦਰਖਤ ਇੱਕੋ ਹੀ ਦਰਖਤ ਸੀ ਉਹ ਹਾਂ ਰੜੀ ਸੀ ਸਾਰੀ ਇੱਥੇ ਚੌਥੀ ਜਮਾਤਾਂ ਪੜ੍ਹਦੇ ਨੇ ਇੱਥੇ
ਹਾਂ ਇਸ ਸਕੂਲ 'ਚ ਚਾਰ ਜਮਾਤਾਂ ਇੱਥੇ ਪੜ੍ਹਿਆ ਫਿਰ ਉਹ ਕੁਟੀਆ ਬਾਬਾ ਚੇਤਨ ਦਾਸ ਸਕੂਲ ਬਣਿਆ ਹਾਈ ਸਕੂਲ ਇਹਨਾਂ ਮੁੰਡਿਆਂ ਨੂੰ ਪਤਾ ਹੋਣਾ ਸਾਰਿਆਂ ਨੂੰ ਬਾਹਰਲੀ ਸਾਈਡ ਬਾਹਰ ਬਾਬਾ ਚੇਤਨ ਦਾਸ ਚੇਲੇ ਵਾਲੇ ਵਾਹ ਬਾਬਾ ਚੇਤਨ ਦਾਸ ਬੜੀ ਖੁੱਲ੍ਹੀ ਜਗ੍ਹਾ 'ਤੇ ਆ ਉਹਦੇ ਚਾਰ ਸ਼ੇਰੇ ਪਿੰਡ ਨੇ ਉੱਥੇ ਹਰ ਸਾਲ ਮੇਲਾ ਲੱਗਦਾ ਹਰ ਸਾਲ ਮੇਲਾ ਲੱਗਦਾ ਉੱਥੇ ਉੱਥੇ ਮੈਂ ਪੜ੍ਹਦਾ ਉੱਥੇ ਪੜ੍ਹਦੇ ਰਹੇ ਫਿਰ ਬਾਅਦ 'ਚ ਪ੍ਰਾਇਮਰੀ ਸਕੂਲ ਸਿਰਫ ਇੱਥੇ ਚੌਥੀ ਜਮਾਤ ਤੱਕ ਹੁੰਦਾ ਸੀ ਪੰਜਵੀਂ ਤੱਕ ਨਹੀਂ ਸੀਗਾ ਬਾਬਾ ਜੀ ਪੁਰਾਣਾ ਸਕੂਲ ਪਿੰਡ ਵਾਲਾ ਇਹੀ ਸੀਗਾ ਇਹਦੇ ਅਗਲੇ ਪਾਸੇ ਗੁਰਦੁਆਰਾ ਸੀ ਨਾਲ ਹੀ ਵਾਹ ਬਾਬਾ ਹੁਣ ਲੱਗਦਾ ਥੋੜ੍ਹਾ ਥੋੜ੍ਹਾ ਕੰਮ ਠੀਕ ਹੋ ਰਿਹਾ ਹੁਣ ਸੂਈ ਘੁੰਮਦੀ ਜਾਣੀ ਆ ਨਾਲ ਨਾਲ ਹਾਈ ਸਕੂਲ ਬਾਬਾ ਜੀ ਜਿੱਥੇ ਪੜ੍ਹੇ ਉੱਥੇ ਆ ਗਏ ਹੈ ਹਾਂ ਉੱਥੇ ਆ ਗਏ ਇੱਦਾਂ ਦਾ ਹੀ ਸੀ ਉਦੋਂ ਵੀ ਉੱਥੇ ਆਸ ਪਾਸੇ ਸੀ ਕਮਰੇ ਇੱਥੇ ਖੁੱਲ੍ਹੀ ਜਗ੍ਹਾ ਹੁੰਦੀ ਸੀ ਬਾਹਰ ਕਲਾਸਾਂ ਬਾਹਰ ਪੜ੍ਹਾਉਂਦੇ ਹੁੰਦੇ ਸੀਗੇ ਬਾਹਰ ਪੜ੍ਹਾਉਂਦੇ ਸੀ ਚਲੋ ਆ ਜਾਓ ਅੰਦਰ ਪੁੱਛਦੇ ਹਾਂ ਕੋਈ ਰਜਿਸਟਰ ਵਗੈਰਾ ਹੋਵੇ ਪੁਰਾਣਾ ਸਾਡਾ ਜਿਹੜਾ ਹਡਮਾ ਜਿਹੜਾ ਸਾਡਾ ਹਡਮਾਸ਼ਰ ਸੀਗਾ ਉਹ ਕਿਸ਼ਨ ਚੰਦ ਹੈ ਅੱਛਾ ਸੁੱਕ ਗਿਆ ਕੋਈ ਯਾਦਗਾਰ ਤਾਂ ਰੱਖੀ ਹੈ ਨਾ ਤੁਹਾਡੇ ਪੁਰਾਣੇ ਸਕੂਲ ਦੇ ਪੁਰਾਣੇ ਸਟੂਡੈਂਟ ਹੈ ਜੀ ਮਾਸ਼ਾਅੱਲਾ ਜੀ ਸਟੂਡੈਂਟ ਬਣ ਕੇ ਆਏ ਚਾਰ ਸਾਲ ਵੈਲਕਮ ਜੀ ਮੋਸਟ ਵੈਲਕਮ ਸਾਡੇ ਪਿਆਰਾ ਸਿੰਘ ਪਿਆਰਾ ਸਾਨੂੰ ਪੜ੍ਹਾਉਂਦਾ ਰਿਹਾ ਉੱਥੇ ਕੁੜੀਆ ਅਤੇ ਪਹਿਲਾਂ ਘਰ ਉਹਦਾ ਇਸ ਸਾਈਡ 'ਤੇ ਸਾਡਾ ਇਹ ਤਰਲੋਕ ਸਿੰਘ ਸੂਰ ਸਿੰਘ ਵਗੈਰਾ ਦਾ ਉਸ ਤੋਂ ਬਾਅਦ ਆਉਂਦਾ ਸੀ ਇੱਕ ਉਹਨਾਂ ਨੌਕਰਾਂ ਦਾ ਘਰ ਆਉਂਦੇ ਸੀ ਦੂਜਾ ਉਸ ਤੋਂ ਅੱਗੇ ਫਿਰ ਸਾਡਾ ਘਰ ਆਉਂਦਾ ਸਾਡੇ ਘਰ ਆਉਂਦੇ ਸੀ ਅਗਲੇ ਹਾਂਜੀ ਇਸ ਵਾਰ ਨੂੰ ਅਤੇ ਅਗਲੇ ਪਾਸੇ ਫਿਰ ਗਲੀ ਆਉਂਦੀ ਜੇ ਸਿੱਧਾ ਚੌਂਕ ਬਣ ਜਾਂਦੇ ਤਾਂ ਗਾਂਹ ਨੂੰ ਨਿਕਲ ਜਾਂਦੀ ਸੀ ਇਸ ਗਲੀ ਤੋਂ ਫਿਰ ਅਸੀਂ ਇੱਧਰ ਨੂੰ ਆਉਂਦੇ ਸਾਂ ਸਕੂਲ ਵੱਲ ਨੂੰ ਉਸੇ ਗਲੀ 'ਚ ਆਏ ਅਤੇ ਉਸ ਗਲੀ ਦੇ ਪਿਛਲੇ ਪਾਸੇ ਸਾਡੇ ਜਿਹੜੇ ਘਰ ਸੀ ਪਿਛਲੇ ਪਾਸੇ ਸਭ ਤੋਂ ਪਹਿਲਾਂ ਘਰ ਸੀ ਇਹਨਾਂ ਦਾ ਸਾਧੂ ਸਿੰਘ ਦਾ ਉਹਦੇ ਲਾਗੇ ਸੀ ਘਰ ਭਾਨ ਸਿੰਘ ਦਾ ਮੈਂ ਸੁਣਿਆ ਨਾ ਮੈਂ ਇਸ ਵਾਸਤੇ ਕਹਿੰਦਾ ਉਧਮ ਸਿੰਘ ਜਿਹੜੇ ਉਹ ਮੇਰੇ ਬਜ਼ੁਰਗ ਸੀਗੇ ਪੜਦਾਦਾ ਜੀ ਮੇਰੇ ਸੀ ਅੱਛਾ ਅੱਛਾ ਟੀਚਰ ਤੁਹਾਡੇ ਕਿਹੜੇ ਕਿਹੜੇ ਸੀ ਇੱਕ ਦਾ ਹੀ ਨਾਂ ਯਾਦ ਆ ਕਿਸ਼ਨ ਚੰਦ ਦਾ ਕਿਸ਼ਨ ਚੰਦ ਹਡਮਾਸਟਰ ਸਾਡੇ ਬਾਪ ਨੂੰ ਇਹਨੇ ਪੜਾਇਆ ਅੱਛਾ ਅੱਛਾ ਕਿਸ਼ਨ ਚੰਦ ਕਿਸ਼ਨ ਚੰਦ ਹਾਂ ਸਾਡੇ ਜਿੰਨੇ ਬਾਪ ਤਾਏ ਚਾਚੇ ਆ ਉਹਨਾਂ ਨੂੰ ਪੜ੍ਹਾ ਰਿਹਾ ਉਹ ਬੜਾ ਬੜੀ ਉਮਰ ਦਾ ਸੀ ਪੜ੍ਹਦੇ ਸੀ ਸਾਰੇ ਇੱਥੇ ਉਹੀ ਸੀ ਮੋਚੀ ਜਾਂਦੇ ਬੱਚੇ ਸੀਗੇ ਹੋਰ ਕੰਮੀ ਸਾਰੇ ਉਹੀ ਸੀ ਮੋਚੀਆਂ ਦੇ ਘਰ ਸੀਗੇ ਤੇਲੀਆਂ ਦਾ ਘਰ ਸੀ ਜਾਂ ਇਸ ਪਾਸੇ ਉਹ ਸਾਂਸੀਆਂ ਦੇ ਘਰ ਸੀ ਸਾਂਸੀਆਂ ਦੇ ਘਰ ਬਾਬਾ ਆ ਗਿਆ ਇੱਥੇ ਭਾਵੇਂ ਇੱਕ ਮੁਸਲਮਾਨ ਹੁੰਦਾ ਸੀ ਸਾਡਾ ਸਥਾਨ ਨਾਨੂ ਨਹੀਂ ਆ ਇੱਥੋਂ ਚੁੱਭੀ ਭਰਦਾ ਹੁੰਦਾ ਇੱਥੋਂ ਨੇ ਫੜਦਾ ਚੁੱਭੀ ਭਰਨੀ ਉਹਨੇ ਟੀਚਰ ਸੀ ਤੁਹਾਡਾ ਟੀਚਰ ਸੀ ਛੋਟੇ ਛੋਟੇ ਇਹ ਬਾਬਾ ਜੀ ਨੂੰ ਮਿਲਣਾ ਇਹ ਹੁਣ ਤੂੰ ਚਿਹਰਾ ਪਛਾਣਨਾ ਵਾ ਦੇਖੋ ਜੀ ਚਿਹਰਾ ਅੱਜ ਦਾ ਨੀ ਦੇਖਿਆ ਇਹ ਨਾਂ ਆਪਣਾ ਦੱਸਣਗੇ ਫਿਰ ਪਤਾ ਲੱਗਦਾ ਤੁਹਾਨੂੰ ਇਹ ਆਪਣੇ ਵਾਲਦ ਦਾ ਜਾਂ ਬਾਬੇ ਦਾ ਨਾਂ ਦੱਸਣਗੇ ਫਿਰ ਪਤਾ ਲੱਗਦਾ ਖਜਾਨ ਸਿੰਘ ਨੂੰ ਜਾਣਦੇ ਜੇ ਹਾਂ ਜੀ ਜਾਣਦੇ ਮੈਂ ਉਹਦਾ ਲੜਕਾ ਹਾਂ ਹਾਂ ਹਾਂ
ਉਰਲੀ ਸਾਈਡ ਨੂੰ ਜਾਗਰ ਸਿੰਘ ਸੀ ਜਾਗਰ ਸਿੰਘ ਸੀ ਇਕੱਠਾ ਘਰ ਸੀ ਸਾਡਾ ਇਕੱਠਾ ਇੱਕੋ ਥਾਈ ਆ ਮਿਸਤਰੀਆਂ ਲਵਾਣਾ ਮਰੱਬਾ ਉਹ ਤੁਸੀਂ ਕਿਹੜੋ ਕਿੰਨੀ ਕੁ ਉਮਰ ਸੀ ਉਦੋਂ ਮੇਰੀ ਉਮਰ ਤਗੜੀ ਸੀ ਮੈਂ ਉਦੋਂ ਛੇਵੀਂ ਕਲਾਸ 'ਚ ਪੜ੍ਹਦਾ ਸੀ ਪਤਾ ਨਹੀਂ ਤੁਸੀਂ ਤੁਹਾਡਾ ਘਰ ਆ ਪਾਸੇ ਨਹੀਂ ਸੀ ਹਾਂ ਇੱਥੇ ਅਤੇ ਤੁਹਾਡੇ ਨਾਨਕੇ ਕਿੱਥੇ ਸੀ ਨਾਨਕੇ ਸਾਡੇ ਹੈਗੇ ਸੀ ਇੱਥੇ ਬੂੜੇ ਡੱਲੇ ਨਹੀਂ ਬੂੜੇ ਡੱਲੇ ਵਾਲੇ ਜਿਹੜੇ ਸੀ ਇਹ ਹੋਰ ਥਾਣੇ ਸ਼ੇਰ ਮਾਮਾ ਸੀ ਮੈਂ ਨੱਥੇ ਦਾ ਪੁੱਤਰ ਚੌਧਰੀ ਨੱਥੇ ਦਾ ਉਹ ਉਹਨਾਂ ਦੇ ਘਰ ਮੈਂ ਆਮ ਜਾਂਦਾ ਰਿਹਾ ਹਾਂ ਹਾਂ ਬੂੜੇ ਡੱਲੇ ਨਾਨਕੇ ਸੀ ਉਹਨਾਂ ਦੇ ਹਾਂ ਬੂੜੇ ਡੱਲੇ ਆਏ ਅਤੇ ਅਸੀਂ ਉਹਨੂੰ ਮਾਸੀ ਜਾਂਦੇ ਹੁੰਦੇ ਹਾਂ ਹਾਂਜੀ ਨਿੱਕੋ ਮੇਰੇ ਨਾਨਕੇ ਵੀ ਉੱਥੇ ਸੀ ਨਿੱਕੋ 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 ਆਮ ਯਾਦ ਆਇਆ ਵੱਡੀ ਦਾ ਵੱਡੋ ਨਿੱਕੋ ਨਿੱਕੋ ਮਾਸੀ ਸਾਡੀ ਬਿਲਕੁਲ ਦੋਵੇਂ ਬੂੜੇ ਡੱਲੇ ਹੋ ਮਾਸੀਆਂ ਦੋ ਮਾਮਾ ਜਿਹੜਾ ਸੀ ਉਹਦਾ ਨਾਂ ਕੀ ਸੀ ਜਿਹੜਾ ਗਟਕਾਰੀ ਚਲੋ ਪਹਿਲਾਂ ਪਾਣੀ ਤਾਂ ਨਹੀਂ ਦਿੱਤੀ ਨਹੀਂ ਸਾਨੂੰ ਕਾਹ ਹੁਣ ਖਾ ਲਓ ਗੱਲ ਖਾ ਲਓ ਆ ਚੱਲੀਏ ਘਰ ਆ ਹੁਣ ਤੁਸੀਂ ਸਾਨੂੰ ਸ਼ਹੀਦ ਭਾਈ ਲਛਮਣ ਸਿੰਘ ਦੇ ਘਰ ਦਾ ਪਤਾ ਹਾਂਜੀ ਜਿਹੜੇ ਸ਼ਹੀਦ ਸੀਗੇ ਹਾਂਜੀ ਉਹਨਾਂ ਦੇ ਘਰ ਵੀ ਲੈ ਕੇ ਜਾਣਾ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਣਾ ਵਾ ਅਤੇ ਇਹਨਾਂ ਦੇ ਘਰ ਵੀ ਲੈ ਕੇ ਜਾਣਾ ਠੀਕ ਹੈ ਨਾਲ ਨਾਲ ਸਾਰੀਆਂ ਪੁਰਾਣੀਆਂ ਗੱਲਾਂ ਵੀ ਦੱਸਣੀਆਂ ਤੁਸੀਂ ਨਾਲ ਨਾਲ ਬਸ ਸਿਰਫ ਗੱਲਾਂ ਦੱਸੋਗੇ ਸਾਡੀ ਖੁਰਾਕ ਹੈ ਕਿੱਧਰ ਜਾਣਾ ਮਾਸੀ ਆਪ ਤਾਂ ਘਰ ਜਾਣਾ ਮਾਸੀ ਵੱਲ ਚਲੇ ਜਾਾਂਗੇ ਹੈ ਉਧਰ ਵੀ ਚਲੇ ਜਾਾਂਗੇ ਆਪਣੇ ਘਰ ਤੋਂ ਸਾਂ ਜਾਣਾ ਆਪਣੇ ਆਪਣੇ ਘਰ ਜਾਣ ਆਹ ਕਾਫੇ ਉਹ ਝੂਰਾਂ ਦੇ ਨਾਨਕੁਣਾ ਦੇ ਉਹ ਗੁਰਦੁਆਰੇ ਦੇ ਆਸ ਪਾਸੇ ਅਤੇ ਇੱਥੋਂ ਗਲੀ ਜਿਹੜੀ ਜਾਂਦੀ ਆਹ ਗਲੀ ਆ ਹਾਂ ਇਹ ਗਲੀ ਪੈਂਦੇ ਹਾਂ ਆਪਾਂ ਦੱਸਣਾ ਨਹੀਂ ਮੈਂ ਤੁਹਾਡਾ ਥਾਂ ਆਪ ਦੱਸਣਾ ਚੰਗਾ ਅੰਗੂਰ ਤੁਹਾਡੀ ਵੱਲ ਇੱਡੀ ਮੋਟੀ ਦੜ ਸੀ ਆਹੋ ਤੇ ਅੰਗੂਰ ਮੈਂ ਉੱਥੋਂ ਰੋਜ਼ ਇੱਕ ਦੋ ਗੁੱਛੇ ਖੜਦਾ ਹੈਗੀ ਅਜੇ ਵੀ ਨਹੀਂ ਮਕਾਸ਼ ਮਕਾਸ਼ੜੀ ਆ ਪਿਛਲੇ ਬੰਨੇ ਤੁਹਾਡਾ ਚਵਾਰਾ ਸੀ ਉੱਤੇ ਆਹੋ ਚਵਾਰਾ ਸੀ ਕੋਠੇ ਦੇ ਅੰਬਾਂ ਪਿਛਲੇ ਪਾਸੇ ਅੰਬਾਂ ਦਾ ਬਾਗ ਸੀ ਅਤੇ ਇੱਕ ਜਾਮਨੂ ਸੀ ਬੜਾ ਤਕੜਾ ਆਹ ਝੂਰਾਂ ਦੇ ਘਰ ਸੀ ਨਾਨਕੁਣਾ ਦੇ ਸੰਦੂਖ ਆਹੋ ਸੰਦੂਖੇ ਦਾ ਅਤੇ ਉਹਨਾਂ ਦਾ ਅਤੇ ਗੁਰਦੁਆਰੇ ਦੇ ਆਸ ਪਾਸੇ ਡਿੱਗੀ ਹੁੰਦੀ ਸੀ ਜਿੱਥੇ ਪਾਣੀ ਭਰਦੇ ਹੁੰਦੇ ਹਾਂ ਉਹ ਡਿੱਗੀ ਖਤਮ ਕਰਤੀ ਹੋਣੀ ਆ ਉਹ ਹਾਂ ਚਲੋ ਆਹ ਜਵੰਤ ਸਿੰਘ ਦਾ ਘਰ ਹੈ ਅਤੇ ਇਸ ਪਾਸੇ ਤਾਰਾ ਸਿੰਘ ਦਾ ਘਰ ਆ ਹਾਂ ਆਹ ਤਾਰਾ ਸਿੰਘ ਦਾ ਸਾਡਾ ਘਰ ਅੱਗੇ ਆ ਇੱਥੇ ਵੀ ਆਹ ਦੱਸ ਦਈਏ ਇਹਨਾਂ ਨੂੰ ਇੱਥੇ ਹੀ ਦੱਸ ਦਈਏ ਆਹ ਸਾਧੂ ਸਿੰਘ ਦਾ ਘਰ ਇੱਥੇ ਪੰਜ ਸੌ ਦਾ ਇਹ ਪੰਜ ਸੌ ਦਾ ਅਗਲੇ ਪਾਸੇ ਸਾਧੂ ਸਿੰਘ ਦਾ ਦਿਆਲ ਸਿੰਘ ਦਾ ਉਹਦੇ ਅਗਲੇ ਪਾਸੇ ਸੀ ਇੱਥੇ ਭਾਨ ਸਿੰਘ ਦਾ ਸੀ ਇਹਨਾਂ ਦੇ ਨਾਲ ਦਿਆਲ ਸਿੰਘ ਦਿਆਲ ਸਿੰਘ ਦੇ ਅੱਗੇ ਸ਼ਹੀਦਾਂ ਦਾ ਘਰ ਲਛਮਣ ਸਿੰਘ ਦਾ ਮੋਹਨ ਸਿੰਘ ਦੀ ਹੱਟੀ ਨੁੱਕਰ ਦੇ ਮੋਹਨ ਸਿੰਘ ਦੀ ਹੱਟੀ ਆਹ ਸ਼ਹੀਦਾਂ ਦਾ ਘਰ ਆ ਆਹ ਸ਼ਹੀਦਾਂ ਦਾ ਘਰ ਆ ਹਾਂ ਇਹ ਸ਼ਹੀਦਾਂ ਦਾ ਘਰ ਆ ਬਾਬਾ ਜੀ ਦਾ ਦੇਖੋ ਹੁਣ ਸਾਰੇ ਘਰ ਦੱਸ ਦਿੰਦੇ ਅਸੀਂ ਖਜਾਨ ਸਿੰਘ ਨਾਂ ਲਿਆ ਸੀ ਉਹ ਹੁਕਮਦੀਨ ਹੁਕਮ ਸਿੰਘ ਸੀ ਉਹ ਤੇ ਤਾਂ ਮੇਰਾ ਇਹ ਸਾਰੇ ਹੁਣ ਬਦਲੀ ਹੋ ਗਿਆ ਨਾ ਉਹ ਕੱਚੇ ਘਰ ਸੀਗੇ ਆਹ ਦੇਖੋ ਇੱਥੇ ਹੱਟੀ ਸੀ ਮੋਹਨ ਸਿੰਘ ਦੀ ਨੁੱਕਰ ਤੇ ਵਿੱਚੋਂ ਦੀ ਘਰ ਨੂੰ ਉਹਨੇ ਰਾਹ ਰੱਖਿਆ ਸੀ ਬੂਹਾ ਰੱਖਿਆ ਸੀ ਅਤੇ ਨਾਲ ਘਰ ਸੀ ਬਾਬਾ ਜੀ ਨੇ ਉਹਨੂੰ ਇਹ ਥਾਂ ਦਿੱਤਾ ਸੀ ਜਦੋਂ ਇਹ ਪਿੰਡ 'ਚ ਆਏ ਸੀ ਉਹ ਤੁਹਾਨੂੰ ਦੱਸਿਆ ਤਾ ਉਹ ਨੁੱਕਰ ਤੇ ਹਵੇਲੀ ਸੀ ਮੂਸਾ ਦਾ ਮੁੰਡੇ ਦਾ ਨਾਂ ਕੀ ਸੀ ਕੱਠਾ ਜਿਹਾ ਬੋਲਦਾ ਹੁੰਦਾ ਉਹ ਧਨੀ ਦਾ ਮੁੰਡਾ ਜਦੋਂ ਅਸੀਂ ਜਰਾ ਗਾਂ ਐਤ ਮਗਰ ਸਿੰਘ ਦਾ ਆ ਜਾਓ
ਮੱਘਰ ਸਿੰਘ ਦਾ ਵਸਣ ਕਾ ਆਹ ਨੁੱਕਰ ਦੇ ਘਰ ਸੀਗਾ ਦਲੀਪ ਸਿੰਘ ਦਾ ਨੀ ਘਰ ਇੱਥੇ ਉਹਦਾ ਘਰ ਇੱਥੇ ਸੀ ਇਹਦੇ ਨਾਲ ਨਹੀਂ ਨਹੀਂ ਅਜੇ ਨਹੀਂ ਦੱਸ ਕਰਤਾਰ ਸਿੰਘ ਦਾ ਗਰਾਏ ਦਾ ਗ੍ਰਾਂ ਦੇ ਘਰ ਨੇ ਸਾਰੇ ਹੀ ਗਲੀ ਉੱਥੇ ਹੀ ਅਜੇ ਵੀ ਹਾਂਜੀ ਆਹ ਗਲੀ ਵੱਡੀ ਆ ਤੇ ਆਹ ਕਰਤਾਰਾ ਪ੍ਰੀਤਮ ਸਿੰਘ ਜਗਰ ਹਾਂ ਪ੍ਰੀਤਮ ਸਿੰਘ ਦਾ ਘਰ ਇੱਥੇ ਹੁੰਦਾ ਸੀ ਸਾਡੇ ਪਿੰਡ ਦੇ ਹੀ ਸੀ ਗੇਜਾ ਸਿੰਘ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ ਤੇ ਪੰਜ ਭਰਾ ਸੀਗੇ ਅੱਛਾ ਅੱਜ ਤੋਂ ਚੱਲ ਪੈਂਦੇ ਆ ਆਹ ਤਰਲੋਕ ਸਿੰਘ ਦਾ ਨਹੀਂ ਸੂਰ ਸਿੰਘ ਦਾ ਉਹ ਮੱਘਰ ਸਿੰਘ ਦਾ ਉਹ ਘਰ ਉੱਥੇ ਸੀ ਮੱਘਰ ਸਿੰਘ ਨੇ ਨੁੱਕਰ ਦੇ ਘਰ ਪਾਇਆ ਸੀ ਉਸ ਤੋਂ ਬਾਅਦ ਉਹਨੇ ਉਹ ਨੁੱਕਰ 'ਤੇ ਜਾ ਕੇ ਰੋਡ ਦੇ ਵਿੱਚ ਘਰ ਪਾਇਆ ਸੀ ਮੱਘਰ ਸਿੰਘ ਦਾ ਘਰ ਇਹ ਹੀ ਆ ਇਹੋ ਹੀ ਆ ਉਹਦਾ ਸਾਲਾ ਜਿਹੜਾ ਵਾ ਤੇ ਉਹਦਾ ਮੱਘਰ ਸਿੰਘ ਦੇ ਮੁੰਡਿਆਂ ਦੇ ਘਰ ਆ ਜਾ ਸੂਰਤ ਸਿੰਘ ਆ ਗਿਆ ਬੁੱਧ ਸਿੰਘ ਦਾ ਆ ਬੁੱਧ ਸਿੰਘ ਪ੍ਰੀਤਮ ਸਿੰਘ ਬੁੱਧ ਸਿੰਘ ਪਰਲੇ ਪਾਸੇ ਪ੍ਰੀਤਮ ਸਿੰਘ ਅੱਛਾ ਆਹ ਨੌਕਰਾਂ ਦਾ ਘਰ ਹੈ ਨੌਕਰ ਆਉਂਦੇ ਸੀ ਉਹਨਾਂ ਨੂੰ ਤੇ ਆਹ ਆ ਗਏ ਸਾਡੇ ਘਰ ਤੁਹਾਡਾ ਘਰ ਆਹ ਗਲੀ ਆ ਨਾ ਆਹ ਹੀ ਘਰ ਸਾਡਾ ਆਹ ਘਰ ਸਾਡੇ ਮੇਰਾ ਘਰ ਤੇ ਮੇਰੇ ਤਾਏ ਦਾ ਘਰ ਆ ਨਾ ਜਾਗਰ ਸਿੰਘ ਦਾ ਬਾਬੂ ਕਿਆ ਇਹ ਘਰ ਮੇਰੇ ਤਾਏ ਦਾ ਤੇ ਆਹ ਨਾਲ ਹੀ ਨਾਲ ਇਕੱਠਾ ਤੇ ਵਿੱਚ ਕੰਧ ਹੈ ਨਹੀਂ ਸਾਡੀ ਇੱਥੇ ਸਾਡੀ ਬੈਠਕ ਹੁੰਦੀ ਸੀ ਬੂਹੇ ਦੇ ਨਾਲ ਇੱਥੇ ਬੈਠਕ ਹੁੰਦੀ ਸੀ ਜਿੱਥੇ ਰਾਤ ਨੂੰ ਲੈਂਪ ਜਗਾ ਕੇ ਪੜ੍ਹਦੇ ਹੁੰਦੇ ਹਾਂ ਘਰ ਤਾਂ ਸਾਡਾ ਦੂਰ ਤੱਕ ਸੀ ਉਹ ਪਾਰਟੀਸ਼ਨ ਹੋ ਗਈ ਆ ਇਹ ਅਗਲੇ ਪਾਸੇ ਉਹ ਦੂਰ ਤੱਕ ਘਰ ਸੀ ਪੁਰਾਣੇ ਘਰ ਸੀ ਸਾਡੇ ਆ ਬਸ ਖੁਸ਼ੀ ਰਹੋ ਮਿਲੇ ਸਾਡੇ ਬੜੇ ਦਰਿਆ ਕੋਈ ਨੀ ਵੱਡੇ ਬਹੁਤ ਹੋ ਗਏ ਵੱਡੇ ਬਹੁਤ ਹੋ ਗਏ ਆਹ ਸਾਡਾ ਆ ਹੈਗਾ ਇਹ ਖੁੱਲਾ ਸੀ ਦੋ ਕਨਾਲ ਸੀ ਪੂਰਾ ਇਹ ਦੋ ਕਨਾਲ ਥਾਂ ਸੀ ਇਹ ਦੋ ਕਨਾਲ ਸੀ ਤੇ ਹੁਣ ਤੇ ਆ ਗਿਆ ਦੂਰ ਟਾਈ ਟਾਈ ਮਤ ਹੁਣ ਤਾਂ ਉੱਪਰ ਆ ਆ ਆ ਗਲੀਆਂ ਗਈ ਐਡੀ ਚੌੜੀ ਸੀ ਆ ਇਹ ਘਰ ਬਲਵੰਤ ਸਿੰਘ ਦਾ ਆ ਵਾ ਘਰ ਬਲਵੰਤ ਸਿੰਘ ਦਾ ਨਹੀਂ ਇਹ ਬਲਵੰਤ ਸਿੰਘ ਆ ਅਗਲੇ ਪਾਸੇ ਤਰਲੋਕ ਸਿੰਘ ਦਾ ਘਰ ਨਹੀਂ ਤਰਲੋਕ ਸਿੰਘ ਨਹੀਂ ਉਹ ਅਮਰੀਕ ਸਿੰਘ ਉਹਦਾ ਅਗਲੇ ਪਾਸੇ ਆ ਇੱਥੇ ਸੀ ਦੂਲਾ ਸਿੰਘ ਦਾ ਘਰ ਪਾਂਸੋਂ ਦਾ ਭਰਾ ਦੂਲਾ ਸਿੰਘ ਨਿੱਕਾ ਇੱਥੇ ਖਰਾਸ ਸੀ ਆਹ ਘਰ ਸਾਡਾ ਸੀ ਆਹ ਚੌਂਕ ਸੀ ਇੱਥੇ ਖਰਾਸ ਸੀ ਇੱਥੇ ਘਰ ਰਸਾਲਦਾਰ ਦਾ ਸੀ ਸੂਬੇਦਾਰ ਦਾ ਤੇ ਅਗਲੇ ਪਾਸੇ ਸੀਗਾ ਨਹੀਂ ਜਸਵੰਤ ਸਿੰਘ ਸੀ ਸ਼ਿਕਾਰ ਖੇਡਦਾ ਵੇਖ ਕੁੱਤੇ ਰੱਖੇ ਹੋਏ ਸ਼ਿਕਾਰੀ ਨੇ ਜਸਵੰਤ ਸਿੰਘ ਜਿਹੜਾ ਉਹਦਾ ਉੱਥੋਂ ਤੁਰ ਕੇ ਆ ਵਾ ਆਹੋ ਪਿਛਲਾ ਹੈਗਾ ਸੀ ਪੂਰਨ ਸਿੰਘ ਦਾ ਪੂਰਨ ਸਿੰਘ ਤੇ ਖੜਕ ਸਿੰਘ ਤੇ ਦੂਰੇ ਦਾ ਨਹੀਂ ਮੈਨੂੰ ਨਾਮ ਅੱਛਾ ਇੱਥੇ ਘਰ ਆ ਜਾਂਦਾ ਸੀ ਉਹਨਾਂ ਤੋਂ ਬਾਅਦ ਇੱਥੇ ਘਰ ਆ ਜਾਂਦਾ ਸੀ ਬਾਹਮਣ ਦਾ ਹਰੀਏ ਬਾਹਮਣ ਦਾ ਹਾਂ
ਆਹੀ ਨਾ ਵੱਡੇ ਸਿਰ ਵਾਲਾ ਬੰਬ ਵੱਡਾ ਜਿਹੜਾ ਕੋਨਾ ਕਰਕੇ ਇੱਥੇ ਦੁਕਾਨ ਪਾਈ ਸੀ। ਅੱਛਾ, ਤੇ ਆਹ ਕਾਂਸ਼ੀ ਕੇ ਸੀ, ਕਾਂਸ਼ੀ ਜਿੱਤ ਰਹੀ ਆ। ਉਹ ਆ ਗਿਆ ਦਾਦਾ ਹਰੀਆ, ਬਾਬਾ ਹਰੀਆ, ਆਹ ਦਾਦਾ ਹਰੀਆ, ਦਾਦਾ ਆ ਗਿਆ ਗੁਲਾਮ ਬਸੂਰ ਤੇ ਸ਼ਫੀ, ਆਹ ਉਹਨਾਂ ਦਾ ਬੂਆ, ਆਹ ਦਾਦੇ ਹਰੀਏ ਦਾ, ਇੱਥੇ ਲੁਹਾਰ ਹੁੰਦੇ ਸੀ। ਇਹਦੇ ਪਿਛਲੇ ਪਾਸੇ ਨਾਈਆਂ ਦਾ ਘਰ ਸੀ ਅਜਾਗਰ ਸਿੰਘ ਦਾ? ਨਹੀਂ, ਉਹ ਪਿਛਲੇ, ਉਹ ਪਿਛਲੇ ਪਾਸੇ ਉਧਰ ਸੀ ਸਾਡੇ। ਆ ਪਿਛੂ ਲੁਹਾਰ, ਆ ਬਿਸੂ, ਬਿਸੂ, ਬਿਸੂ ਲੁਹਾਰ, ਬਿਸੂ ਲੁਹਾਰ, ਆ ਗਾੜੀ ਆ ਗਿਆ ਸਾਧੂ ਸਿੰਘ, ਸਾਧੂ ਸਿੰਘ ਆ ਜਾ, ਸਾਧੂ ਆ ਹੈਗਾ, ਆ ਗਾੜੀ ਆ, ਇਹ ਸਾਧੂ ਸਿੰਘ ਇੱਥੇ ਇੱਥੇ ਤਖਤ ਹੈ ਸਾਧੂ ਲੰਬੜਦਾਰ ਬੂਲੇਬਾਜ ਬਾਲ ਹੋਣਾ ਦਾ। ਕੋਈ ਹੈ ਉਹਨਾਂ ਦਾ ਕੋਈ, ਇੱਕ ਜੀ ਨੇ ਕਿਤੇ ਖਾਦ ਕਿਤੇ ਪੱਤਰ ਨਾ ਕਿਤੇ ਦੁਆ ਸਲਾਮ ਨਾ ਪਛਾਉ, ਠੀਕ ਹੈ ਹੈਗੇ ਅਕਬਾਲ, ਅਕਬਾਲ ਹੈ, ਬਲਦੇਵ, ਬਲਦੇਵ, ਆ ਬਲਦੇਵ, ਤਿੰਨ ਭਰਾ ਸੀ ਸਾਡਾ। ਤੁਹਾਡਾ ਬੇਲੀ ਕਿਹੜਾ ਹੁੰਦਾ ਸੀ? ਉਹਦਾ ਅਕਬਾਲ, ਇਕਬਾਲ ਤੁਹਾਡਾ ਬੇਲੀ? ਬੜਾ ਇਹੋ ਚੀਜ਼ ਸੀ, ਉਹ ਵੀ ਬੜਾ ਸ਼ਤਾਨ ਸੀ, ਇਹ ਤਾਂ ਸਾਧੂ ਸਿੰਘ ਦਾ ਸੀ। ਆਹ ਕਾਲਾ ਸਿੰਘ, ਧੀਰਾ ਸਿੰਘ ਲੁਹਾਰ, ਤੇ ਖੜਕ ਸਿੰਘ, ਉਹ ਅੱਗੇ ਜਿੱਥੇ ਉਹ ਕੁੜੀਆਂ ਡਾਂਡੀਆਂ ਨੇ ਉੱਥੇ ਖੜਕ ਸਿੰਘ ਕੈਪਟਨ ਦਾ ਘਰ। ਉਹ ਕੈਪਟਨ ਦੇ ਘਰ ਤੇ ਅਸੀਂ ਰਿਕਾਰਡਾਂ ਵਾਲੀ ਮਸ਼ੀਨ ਲਾ ਕੇ ਸੁਣਦੇ ਰਹੇ ਹਾਂ। ਕੈਪਟਨ ਖੜਕ ਸਿੰਘ ਦੀ ਗੱਲ ਆ, ਤੇ ਉਹ ਦੂਸਰੇ ਜਿਹੜੇ ਸੀ ਨਾ ਜੀਤ ਸੋਹਣੀ, ਸਵਰਨ ਸਿੰਘ, ਮੰਗਤ ਅਲੀ ਸੂਬੇਦਾਰ ਹੋ ਕੇ ਰਿਟਾਇਰ ਹੋਇਆ ਸੀ, ਮਾਈ ਲਛਮੀ ਦਾ ਪੁੱਤ। ਅੱਛਾ ਅੱਛਾ, ਲਾਸਟ ਵਿਚ ਇਸ ਪਾਸੇ ਉੱਥੇ ਬਚਿੱਤਰ ਸੋਨੇ ਘਰ ਪਾਇਆ ਸੀ, ਉਧਰੋਂ ਢਾ ਕੇ ਤੇ ਇੱਥੇ ਆ ਗਏ। ਨੁੱਕਰ ਤੇ ਪਾਇਆ ਸੀ ਰੋਡ ਦੇ ਲਾਗੇ, ਉੱਥੋਂ ਰੋਡ ਸ਼ੁਰੂ ਹੋ ਜਾਂਦਾ। ਤੁਹਾਨੂੰ ਦੱਸ ਦਿੱਤਾ ਸਭ ਕੁਝ ਪਹਿਲਾਂ, ਚੇਤਾ ਚੇਤਾ ਕੋਈ ਨੀ, ਤੁਹਾਨੂੰ ਦੱਸ ਦੇਣਾ। ਵੇਖੋ ਜੀ, ਗੁਰਦੁਆਰੇ ਦੀ ਪਹਿਲੀ ਨੁੱਕਰ ਆਵਾਜ਼ ਉਹ ਨਾਲ ਸੀ, ਅੱਜ ਸਮਝ ਖੁਸ਼ ਤੋਂ ਕਾਂ ਦਸ ਬਾਰਾਂ ਕਰਮਾਂ ਵਿੱਚ ਗਾੜੀ ਟਿੱਕੀ ਆ। ਹੈਗੇ ਡਿੱਗੇ ਜੇ? ਨਹੀਂ, ਪੂਰਤੀ ਸੀ ਤੇ ਗਾੜੀ ਇੱਥੇ ਚੱਸ ਜਦੋਂ ਲਾਈਦਾ ਸੀ ਚੱਸ ਤੇ ਲੱਗੇ ਤਾਂ ਉਹ ਜਾਮ ਨੂੰ ਤੇ ਅਗੇ ਜਾ ਆਏ ਉੱਪਰ। ਲਓ ਜੀ, ਆਹ ਜੰਜ ਘਰ ਆ ਗਏ, ਜੰਜ ਘਰ, ਠੀਕ ਹੈ। ਤੇ ਆ ਗਾੜੀ ਆ ਕਿਤਰਾ ਦਾ ਪਰਾਂ ਛੱਪੜ, ਛੱਪੜ ਸੀ ਤੋੜ, ਆ ਜੇ ਜਾਂਦੇ ਤਾਂ ਛੱਪੜ ਪੂਰਿਆ ਗਿਆ ਸਾਰਾ। ਇਹਦੇ ਅਗਲੇ ਪਾਸੇ ਗੁਰਦੁਆਰਾ, ਗੁਰਦੁਆਰਾ ਸਾਹਿਬ ਤੇ ਯਾਦ ਆਉਂਦੇ ਘਰ ਸੀ ਸਾਰਾ ਗੁਰਦੁਆਰੇ ਜੀ। ਜਨਮ ਸਥਾਨ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਭਾਈ ਲਛਮਣ ਸਿੰਘ ਜੀ ਦਾ ਜੱਦੀ ਪਰਿਵਾਰ ਇੱਥੇ ਹੀ ਰਹਿੰਦਾ ਸੀ, ਔਰ ਸਾਡੇ ਪਿੱਛੇ ਜੋ ਘਰ ਤੁਸੀਂ ਵੇਖ ਰਹੇ ਹੋ ਇਹ ਉਹਨਾਂ ਦੇ ਘਰ ਹੀ ਨੇ, ਔਰ ਸਾਡੇ ਨਾਲ ਉਹਨਾਂ ਦੇ ਭਾਈ ਲਛਮਣ ਸਿੰਘ ਦੇ ਪੋਤੇ ਜੀ ਵੀ ਨਾਲ ਹੀ ਨੇ, ਉਸ ਤੋਂ ਇਲਾਵਾ ਹੋਰ ਪਰਿਵਾਰ ਦੇ ਜੀ ਵੀ ਨਾਲ ਨੇ, ਨਾਲ ਸਾਡੇ ਨਾਲ
ਭਾਈ ਲਛਮਣ ਭਾਈ ਰਾਜਪਾਲ ਸਿੰਘ ਜੋ ਕਥਾਵਾਚਕ ਨੇ ਉਹ ਵੀ ਅੱਜ ਇਸ ਪਿੰਡ ਦੇ ਦਰਸ਼ਨਾਂ ਨੂੰ ਆਏ। ਹੁਣ ਚੂੰਕਿ ਇੱਥੇ ਪੁਰਾਣੀ ਕੋਈ ਯਾਦ ਤਾਂ ਨਹੀਂ ਹੈ, ਇੱਥੇ ਗੁਰੂ ਘਰ ਵੀ ਹੁੰਦਾ ਸੀ, ਲੇਕਿਨ ਇਹ ਖਿੱਚ ਸੀ, ਇੱਕ ਤਾਂਗ ਸੀ ਜਿਹਦੇ ਕਰਕੇ ਆਪਾਂ ਅੱਜ ਇੱਥੇ ਆਏ। ਆਓ ਇਹਨਾਂ ਨਾਲ ਵੀ ਗੱਲਬਾਤ ਵਿਚਾਰ ਵਟਾਂਦਰਾ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਰਾਜਪਾਲ ਸਿੰਘ ਜੀ, ਤੁਸੀਂ ਸਾਰੀ ਇਹਨਾਂ ਦੀ ਜਿਹੜਾ ਇਤਿਹਾਸ ਹੈ ਉਹ ਪੜ੍ਹਿਆ ਹੋਇਆ ਹੈ, ਅਤੇ ਤੁਸੀਂ ਇਸ ਇਤਿਹਾਸ ਬਾਰੇ, ਇਸ ਜਿਹੜੇ ਮਹਾਨ ਸ਼ਹੀਦ ਨੇ ਇਹਨਾਂ ਬਾਰੇ ਜ਼ਰੂਰ ਦੱਸਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਖੁਸ਼ਕਿਸਮਤ ਹਾਂ ਕਿ ਅੱਜ ਅਸੀਂ 33 ਚੱਕ ਧਾਰੋਵਾਲੀ ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਜਿਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਆਪਣੀ ਸ਼ਹਾਦਤ ਦਾ ਜਾਮ ਪੀਤਾ। ਇਹ ਘਰ ਉਹਨਾਂ ਦੇ ਪਿੱਛੇ ਜਗ੍ਹਾ ਜਿੱਥੋਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਸ਼੍ਰੀ ਨਨਕਾਣਾ ਸਾਹਿਬ ਆਪਣਾ ਜਥਾ ਲੈ ਕੇ ਇੱਥੋਂ ਰਵਾਨਾ ਹੋਏ ਨੇ। ਔਰ ਬੜੇ ਖੁਸ਼ਕਿਸਮਤ ਹਾਂ ਕਿ ਅੱਜ ਅਸੀਂ ਉਸ ਥਾਂ ਦੇ ਦਰਸ਼ਨ ਦਾਰ ਕਰ ਰਹੇ ਹਾਂ ਜਿੱਥੇ ਭਾਈ ਲਛਮਣ ਸਿੰਘ ਧਾਰੋਵਾਲੀ ਰਹਿੰਦੇ ਸਨ, ਅਤੇ ਉਹਨਾਂ ਦਾ ਇੱਕ ਘਰ ਸੀਗਾ। ਅਤੇ ਅਸੀਂ ਅੱਜ ਪਹੁੰਚੇ ਹਾਂ, ਸਾਨੂੰ ਭਾਈ ਭੁਪਿੰਦਰ ਸਿੰਘ ਲਵਲੀ, ਪੰਜਾਬੀ ਲਹਿਰ ਚੈਨਲ ਨੇ ਇਹ ਉੱਦਮ ਉਪਰਾਲਾ ਕੀਤਾ। ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਉੱਦਮ ਉਪਰਾਲਾ ਕਰਕੇ ਅਤੇ ਦਰਸ਼ਨ ਮੇਲੇ ਕਰਾਏ ਨੇ। ਇਤਿਹਾਸ ਦੇ ਪੰਨਿਆਂ ਦੇ ਵਿੱਚ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਬਹੁਤ ਵੱਡਾ ਸਥਾਨ ਹੈ, ਬੜਾ ਵੱਡਾ ਇੱਕ ਸਾਡੇ ਇਤਿਹਾਸ ਦੇ ਵਿੱਚ ਇੱਕ ਸਥਾਨ ਹੈ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਸਾਕਾ ਨਨਕਾਣਾ ਸਾਹਿਬ ਹੋਇਆ ਅਤੇ ਉਸ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਵਿੱਚ ਉਹਨਾਂ ਦਾ ਵੱਡਾ ਅਹਿਮ ਰੋਲ ਹੈ। ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਨਾਲ ਇੱਕ ਹੋਰ ਉਹਨਾਂ ਦੇ ਪਰਿਵਾਰ ਤੋਂ ਹੈ ਜੀ, ਕੀ ਰਿਸ਼ਤਾ ਸੀ ਜੀ ਤੁਹਾਡਾ? ਸਭ ਤੋਂ ਪਹਿਲੇ ਅਗਰ ਤੁਸੀਂ ਆਪਣਾ ਨਾਂ ਦੱਸ ਦਿਓ ਜੀ। ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਅੱਛਾ। ਸ਼ਹੀਦ ਭਾਈ ਲਛਮਣ ਸਿੰਘ ਮੇਰੇ ਰਿਸ਼ਤੇ 'ਚ ਪੜਦਾਦੇ ਲੱਗਦੇ ਸਨ। ਅੱਛਾ। ਅਤੇ ਉਹ ਸਾਰਾ ਪਰਿਵਾਰ ਅਸੀਂ ਇਸ ਵੇਲੇ ਭਾਰਤ ਦੇ ਵਿੱਚ ਰਹਿ ਰਹੇ ਹਾਂ। ਇਹ ਉਹ ਪੁਰਾਣਾ ਪਿੰਡ ਸੀਗਾ ਅਤੇ ਜਿਹਨੂੰ ਅੱਜ ਅਸੀਂ ਦਰਸ਼ਨ ਕਰਨ ਵਾਸਤੇ ਆਪਣੇ ਬਜ਼ੁਰਗਾਂ ਦੇ ਨਾਲ, ਤੁਹਾਡੇ ਪੰਜਾਬੀ ਲਹਿਰ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਸਾਰੇ ਨਗਰ ਦੇ ਸਾਰੇ ਆਪਣੇ ਪਰਿਵਾਰ ਦੇ ਜਿੱਥੇ ਜਿੱਥੇ ਸਾਡੇ ਬਜ਼ੁਰਗਾਂ ਨੇ ਇੱਥੇ ਖੇਡੇ ਮੱਲੇ, ਜਿੱਥੇ ਸਾਰਾ ਉਹਨਾਂ ਆਪਣਾ ਬਚਪਨ ਬਿਤਾਇਆ, ਅੱਜ ਉਸ ਜਨਮ ਸਥਾਨ ਦੇ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਨੂੰ ਨਾਲ ਲੈ ਕੇ ਬੜੀ ਖੁਸ਼ੀ ਹੋਈ ਹੈ। ਕਿਉਂਕਿ ਇਹ ਜਿਹੜਾ ਵੱਡਾ ਉਪਰਾਲਾ ਤੁਹਾਡੇ ਵੱਲੋਂ, ਪੰਜਾਬੀ ਲਹਿਰ ਵੱਲੋਂ ਜਿਹੜਾ ਕੀਤਾ ਗਿਆ, ਇਹ ਬਹੁਤ ਵੱਡੀ ਗੱਲ ਆ। ਕਿਉਂਕਿ ਮੌਕਾ ਜਿਹੜਾ ਹੈ, ਬੜੇ 75 ਸਾਲ ਬਾਅਦ ਅੱਜ ਉਹ ਬਜ਼ੁਰਗ ਆਪਣੇ ਇਸ ਸਥਾਨ ਦੇ ਉੱਤੇ, ਜਨਮ ਸਥਾਨ ਦੇ ਉੱਤੇ ਆਏ ਜਿੱਥੇ ਆਪਣਾ ਉਹਨਾਂ ਨੇ ਬਚਪਨ ਬਿਤਾਇਆ। ਤੁਸੀਂ ਆਪਣੇ ਦਿਲ ਦੀ ਗੱਲ ਦੱਸੋ, ਤੁਹਾਨੂੰ ਕਿੱਦਾਂ ਲੱਗ ਰਿਹਾ ਅੱਜ ਆਪਣੇ ਵੱਡ ਵਡੇਰਿਆਂ ਦੀ, ਔਰ ਇਸ ਤੋਂ ਆਉਣ ਤੋਂ ਪਹਿਲੇ ਤਾਂ ਕਿੱਦਾਂ ਦੀ ਸੀ ਤੁਹਾਨੂੰ ਇੱਥੇ ਆਉਣ ਦੀ? ਦੇਖੋ ਜੀ, ਮੈਨੂੰ ਥੋੜ੍ਹਾ ਜਿਹਾ ਮਹਿਸੂਸ ਵੀ ਹੋ ਰਿਹਾ ਕਿ ਮੇਰਾ ਭਾਣਜਾ ਨਵਦੀਪ ਸਿੰਘ ਆਸਟ੍ਰੇਲੀਆ, ਜਿਹਨੇ ਵੱਡਾ ਯੋਗਦਾਨ ਪਾਇਆ ਸਾਨੂੰ ਇੱਥੇ ਲੈ ਕੇ ਆਉਣ 'ਚ, ਪਰ ਉਹ ਆਸਟ੍ਰੇਲੀਅਨ ਹੋਣ ਕਰਕੇ ਉਹਨੂੰ ਵੀਜ਼ਾ ਨਹੀਂ ਮਿਲਿਆ। ਅਸੀਂ ਬਾਕੀ ਪਰਿਵਾਰ ਮੈਂ ਆਪਣੇ ਫਾਦਰ ਸਾਹਿਬ ਦੇ ਨਾਲ, ਜਿਹੜੇ 75 ਸਾਲ ਬਾਅਦ ਆਪਣੇ ਇਸ ਜਨਮ ਸਥਾਨ 'ਤੇ ਪਹੁੰਚੇ ਨੇ, ਅਤੇ ਬੜੀ ਖੁਸ਼ੀ ਹੋਈ ਮਨ ਨੂੰ ਵੀ ਅੱਜ ਅਸੀਂ ਉਹਨਾਂ ਦੇ, ਜਿੱਥੇ ਸਾਡੇ ਬਜ਼ੁਰਗਾਂ ਨੇ ਜਨਮ ਲਿਆ, ਜਿੱਥੇ ਸਾਡੇ ਵੱਡਿਆਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਨੂੰ ਆਜ਼ਾਦ ਕਰਾਉਣ ਵਾਸਤੇ ਬਲੀਦਾਨ ਦਿੱਤਾ, ਉਸ ਅੱਜ ਉਹਨਾਂ ਦੇ ਇਸ ਨਗਰ ਦੇ ਵਿੱਚ ਪਹੁੰਚ ਕੇ ਬੜੀ ਵੱਡੀ ਖੁਸ਼ੀ ਹੋਈ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲੇ ਤਾਂ ਨਵਦੀਪ ਭਾਅ ਜੀ, ਅਸੀਂ ਤੁਹਾਨੂੰ ਬੜਾ ਮਿਸ ਕਰ ਰਹੇ ਹਾਂ, ਕਿਉਂਕਿ ਇਹ ਸਾਰਾ ਜਿਹੜਾ ਪੁੰਨ ਅੱਜ ਦਾ ਖੱਟਿਆ ਨਵਦੀਪ ਵੀਰ ਜੀ ਦੇ ਨਾਂ ਦੇ ਉੱਪਰ ਹੈ। ਇਹ ਵੀਡੀਓਜ਼ ਬਣਾਉਣ ਦਾ ਮਕਸਦ ਸਿਰਫ ਸਾਡਾ ਇਹੀ ਹੈ ਕਿ ਜਿਹੜੇ ਇਸ ਪਿੰਡ ਦੇ ਵਸਿੰਦੇ ਨੇ ਜਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਕੌਮ ਬੈਠੀ ਹੈ, ਉਹ ਇਹ ਤੋਂ ਜਿਹੜਾ ਹੈ ਸਿੱਖੇਗੀ, ਉਹਨਾਂ ਨੂੰ ਪਤਾ ਚੱਲੇਗਾ ਕਿ ਇਤਿਹਾਸ ਦਾ ਇੱਕ ਪੰਨਾ ਇਹ ਵੀ ਹੈ। ਸੋ ਆਪਣੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਸਿੱਖ ਭਰਾ ਬੈਠੇ ਨੇ, ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਉਹਨਾਂ ਨੂੰ ਪਤਾ ਚੱਲੇਗਾ ਕਿ ਧਾਰੋਵਾਲ ਪਿੰਡ ਦੇ ਵਿੱਚ ਸਾਡਾ ਕਿਹੜਾ ਇਤਿਹਾਸ ਜੁੜਿਆ ਹੈ, ਔਰ ਇੱਥੇ ਕਿਹੜੇ ਕਿਹੜੇ 3 ਸ਼ਹੀਦ ਸਨ, ਹੋਰ ਇੱਥੇ ਕਿਹੜੇ ਕਿਹੜੇ ਲੋਕ ਰਹਿੰਦੇ ਸਨ, ਉਹ ਸਰਚ ਕਰਨਗੇ ਇਸ ਤੋਂ ਬਾਅਦ, ਔਰ ਉਹਨਾਂ ਨੂੰ ਸਾਕਾ ਨਨਕਾਣਾ ਸਾਹਿਬ ਬਾਰੇ ਵੀ ਪਤਾ ਚੱਲੇਗਾ, ਹੋਰ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਪਤਾ ਚੱਲੇਗਾ। ਜਿਹੜੇ ਇੱਥੋਂ ਦੇ ਵਸਿੰਦੇ ਬੱਚੇ ਇੱਥੇ ਜਿਹੜੇ ਸਾਡੇ ਨਾਲ ਖਲੋਤੇ ਨੇ, ਇਹ ਲੋਕ ਜਿਹੜੇ ਸਾਨੂੰ ਸੁਣ ਰਹੇ ਨੇ, ਇਹ ਵੀ ਜ਼ਰੂਰ ਸਰਚ ਕਰਨਗੇ। ਇੱਕ ਛੋਟੀ ਛੋਟੀ ਇੱਕ ਐਕਟੀਵਿਟੀਜ਼ ਹੁੰਦੀ ਹੈ, ਬਹੁਤ ਵੱਡਾ ਕੁਛ ਵੀ ਨਹੀਂ ਹੈਗਾ ਦੁਨੀਆ 'ਚ, ਛੋਟਾ ਛੋਟਾ ਹੀ ਕੰਮ ਕਰਨਾ ਹੁੰਦਾ। ਸੋ ਹੋਪਫੁਲੀ ਤੁਸੀਂ, ਤੁਹਾਡੇ ਸਾਰਿਆਂ ਦਾ ਪਿਆਰ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ, ਔਰ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਫਿਰ ਕਰਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖੇ ਜੀ।